हेलो नमस्ते सभी अड्डा ट्वेंटी फोर सेवन के स्टूडेंट्स को मेरी तरफ से मैं अमित बड़ाना और मैं आ रहा हूँ 6 अक्टूबर को श्री फोर्ट ऑडिटोरियम नई दिल्ली सुबह ग्यारह बजे मैं चाहता हूँ कि आप भी वहाँ पर उपस्थित रहें और मेरी आने वाली वेब सीरीज एस का ट्रेलर लॉन्च एक्सक्लूसिव देखें वहाँ पर मैं आपको मिलूंगा मेरी टीम वहाँ पर मिलेगी और हम सब मिलकर उठाएंगे ट्रेलर का लॉन्च धन्यवाद हेलो नमस्ते सभी अड्डा ट्वेंटी फोर सेवन के स्टूडेंट्स को मेरी तरफ से मैं अमित बड़ाना और मैं आ रहा हूँ 6 अक्टूबर को श्री फोर्ट ऑडिटोरियम नई दिल्ली सुबह ग्यारह बजे मैं चाहता हूँ कि आप भी वहाँ पर उपस्थित रहें और मेरी आने वाली वेब सीरीज एस का ट्रेलर लॉन्च एक्सक्लूसिव देखें वहाँ पर मैं आपको मिलूंगा मेरी टीम वहाँ पर मिलेगी और हम सब मिलकर उठाएंगे ट्रेलर का लॉन्च धन्यवाद हेलो नमस्ते सभी अड्डा ट्वेंटी सुबह ग्यारह बजे मैं चाहता हूँ कि आप भी वहाँ पर उपस्थित रहे और मेरी आने वाली वेब सीरीज एस एस सी एक्सक्लूसिव कितनी बार आपको मिलूंगा मेरी टीम वहाँ पर मिलेगी और हम सब मिलकर उठाएंगे ट्रेलर का धन्यवाद हाँ भाई बस यार चार पाँच बार चल गया

ਯਾ ਯਾ ਪੰਨੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੈ ਹਿੰਦ ਜੈ ਸ਼੍ਰੀ ਰਾਮ ਹਰ ਹਰ ਮਹਾਦੇਵ ਸਵਾਗਤ ਹੈ ਸਾਰਿਆਂ ਦਾ ਪੰਜਾਬ ਅਡਾ 247 ਤੇ ਉਹ ਤਾਂ ਬੰਦ ਹੀ ਨਹੀਂ ਹੋ ਰਿਹਾ ਸੀ ਚਲਾ ਕੇ ਚਲੇ ਗਿਆ ਛੱਡ ਗਿਆ ਮੈਂ ਕਿਹਾ ਕਰਦੇ ਬੰਦਿਆ ਸਰ ਹੋ ਨਹੀਂ ਰਹਾ ਹੈ ਦੇਖ ਰਹੇ ਐ ਕਰੀ ਜਾਂਦਾ ਮੈਂ ਕਿਹਾ ਮੈਨੂੰ ਤਾਂ ਪਤਾ ਮੈਂ ਹੀ ਤਾਂ ਕੈਮਰਾ ਆਨ ਕਰਾ ਕੇ ਨੇ ਚੁੱਪ 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 ਓ ਯਾਰ ਸیرے ਸیرے ਨੇ ਸਾਰੇ ਐਨੀਵੇਸ ਹਰ ਨੂੰ ਪਿਆਰ ਫਿਰ ਸੱਚੀ ਕਾਲ ਯਾਰ ਕਿੱਦਾਂ ਹੋ ਆਈ ਹੋ ਵਧੀਆ ਹੋਵਾਂਗੇ ਘਰਾਂ 'ਚ ਹੋਵਾਂਗੇ ਕੰਮਕਾਰ ਵਧੀਆ ਚੱਲ ਰਿਹਾ ਹੋਗਾ ਤੁਹਾਡਾ ਤੇ ਅੱਜ ਹੋ ਚੁੱਕੀ ਐ 5 ਤਰੀਕ ਪਰਸੋਂ ਐ 7 ਤਰੀਕ ਪਰਸੋਂ ਸੀ ਆ ਰਹੇ ਲੁਧਿਆਣੇ ਗੁਰੂ ਨਾਨਕ ਦੇਵ ਭਵਨ ਵਿੱਚ ਦੁਪਹਿਰੇ 11 ਪਤਨੀ 12 ਵਜੇ ਆ ਰਹੇ ਆ ਤਾਂ ਜੇ ਕੋਈ ਆ ਰਿਹਾ ਹੈ ਪਲੀਜ਼ ਇੱਕ ਬੇਨਤੀ ਹੈ ਜੀ ਰਜਿਸਟਰ ਜ਼ਰੂਰ ਕਰ ਲਿਓ ਜਿੱਥੇ ਚੈਟ ਚੱਲੀ ਹੋਈ ਹੈ ਟੌਪ ਤੇ ਦੇਖੋ ਨੀਲ ਰੰਗ ਦੀ ਪੱਟੀ ਜਿੱਲੇ ਲੱਗਿਆ ਹੋਇਆ ਉਹ ਪੁਲਿਸ ਦਾ ਸਾਇਰਨ ਜ ਐਪ ਪੂਪੂ ਲੱਗਿਆ ਕਰੀਅਰ ਗਾਈਡੈਂਸ ਉਹਦੇ ਉੱਤੇ ਕਲਿੱਕ ਕਰੋ ਉਹ ਦੇਖ ਅੱਗੇ ਕਿਹਨਾ ਲਿੰਕ ਲੱਗਾ ਹੋਇਆ ਬਸ ਉਸ ਲਿੰਕ ਤੇ ਕਲਿੱਕ ਕਰਨਾ ਹੈ ਤੇ ਤੁਹਾਡੀ ਰਜਿਸਟ੍ਰੇਸ਼ਨ ਹੋ ਜਾਊਗੀ ਜਿਹੜੇ ਰਿਕਾਰਡਡ ਦੇਖਣਗੇ ਉਹੀ ਸੇਮ ਲਿੰਕ ਕਮੈਂਟਾਂ ਚ ਇਹ ਇਹ ਮੇਰੀ ਗੱਲ ਪਲੀਜ਼ ਧਿਆਨ ਰੱਖਿਆ ਜੇ ਚਲੋ ਫਟਾਫਟ ਫਟਾਫਟ ਕਰਦੇ ਸ਼ੁਰੂ ਚੈਨਲ ਨੂੰ ਜੇ ਸਬਸਕ੍ਰਾਈਬ ਕਰ ਲਓ ਜੇ ਕਿਸੇ ਨੇ ਨਹੀਂ ਕੀਤਾ ਕਿਉਂਕਿ ਭਾਜੀ ਹੁਣ ਨੋਬਲ ਪ੍ਰਾਈਜ਼ ਵੀ ਮਿਲਣਾ ਸ਼ੁਰੂ ਹੋ ਚੁੱਕੇ ਨੇ ਜਿਹੜੇ ਪੇਪਰ ਦਾ ਇੱਕ ਬਹੁਤ ਹੀ ਅਹਿਮ ਹਿੱਸਾ ਹੁੰਦੇ ਨੇ ਦੂਜੀ ਚੀਜ਼ ਆਪਣੇ ਕੋਲ ਏਸ਼ੀਅਨ ਗੇਮਸ ਵਿੱਚ ਬਹੁਤ ਹੀ ਕੈ ਮੈਂ ਕਹਿ ਸਕਦਾ ਮੈਂ ਉਹ ਜੀ ਬਹੁਤ ਹੀ ਘੈਂਟ ਪਰਫਾਰਮੈਂਸ ਹੋ ਰਹੀ ਹੈ ਅੱਜ ਤੱਕ ਹੁਣ ਤੱਕ ਏਸ਼ੀਅਨ ਗੇਮਸ ਅਜੇ ਖਤਮ ਨਹੀਂ ਹੋਏ ਤਿੰਨ ਦਿਨ ਰਹਿੰਦੇ ਨੇ ਲੇਕਿਨ ਆਲਰੇਡੀ ਬੈਸਟ ਪਰਫਾਰਮੈਂਸ ਐਵਰ ਹੋ ਚੁੱਕੀ ਹੈ ਏਸ਼ੀਅਨ ਗੇਮਸ ਦੇ ਵਿੱਚ ਤਾਂ ਏਸ਼ੀਅਨ ਗੇਮਸ ਉੱਤੇ ਵੀ ਸੈਸ਼ਨ ਬਣਨਗੇ ਤਿੰਨ ਸੈਸ਼ਨ ਬਣਾ ਦਿੰਦਾ ਵੇਸੀ ਦੱਸ ਦੇਣਾ ਇੱਕ ਨੋਬਲ ਪ੍ਰਾਈਜ਼ ਤੇ ਪ੍ਰੋਪਰ ਸੈਸ਼ਨ ਆਊਗਾ ਏਸ਼ੀਅਨ ਗੇਮਸ ਤੇ ਸੈਸ਼ਨ ਆਊਗਾ ਤੇ ਤੀਜਾ ਆਊਗਾ ਜਿਹੜੇ ਏਸ਼ੀਅਨ ਗੇਮਸ ਇਨ ਪੰਜਾਬ ਠੀਕ ਹੈ ਜੀ ਏਸ਼ੀਅਨ ਗੇਮਸ ਮਤਲਬ ਪੰਜਾਬੀ ਦੀ ਨੇਸ਼ਨ ਗੇਮ ਠੀਕ ਹੈ ਪੰਜਾਬੀ ਦੀਨ ਏਸ਼ੀਅਨ ਗੇਮਸ ਇਹ ਤਿੰਨ ਸੈਸ਼ਨ ਬਹੁਤ ਇੰਪੋਰਟੈਂਟ ਬਣਨਗੇ ਤਾਂ ਸਬਸਕ੍ਰਾਈਬ ਕਰ ਲੋ ਜੇ ਕਿਸ ਨੇ ਨਹੀਂ ਕੀਤਾ ਤੇ ਬਹੁਤ ساری ਰਿਵੀਜ਼ਨ ਹੈ ਅੱਜ ਦੇਖਦੇ ਆ ਜੇ ਛੇਤੀ ਖਤਮ ਹੋ ਗਈ ਨਹੀਂ ਤਾਂ ਅੱਜ ਰਿਵੀਜ਼ਨ ਨਹੀਂ ਕਰਾਂਗੇ ਬਸ ਚਲੋ ਗ੍ਰੀਨ ਆਫਿਸ ਸਪੇਸ ਵਿੱਚ ਡੈਸ਼ ਸਭ ਤੋਂ ਅੱਗੇ ਹੈ ਕਿਉਂਕਿ ਭਾਰਤ ਵਿੱਚੋਂ 2019 ਚ 36% ਦਾ ਵਾਧਾ ਹੋਇਆ ਹੈ ਦੱਸੋ ਪੂਰੀ ਭਾਰਤ ਵਿੱਚ ਕਹਿੰਦੇ ਸਭ ਤੋਂ ਜ਼ਿਆਦਾ ਗ੍ਰੀਨ ਆਫਿਸ ਸਪੇਸਿਸ ਕਿੱਥੇ ਹਨ ਨਈ ਦਿੱਲੀ ਬੈਂਗਲੌਰ ਪੂਨੇ ਜਾਂ ਫਿਰ ਮੁੰਬਈ ਹਾਂਜੀ ਬਿਲਕੁਲ ਠੀਕ ਹੈ ਇਹਦਾ ਜਵਾਬ ਹੋ ਜਾਂਦਾ ਜੀ ਬੈਂਗਲੌਰ ਵਿੱਚ ਨੇ ਸਭ ਤੋਂ ਜ਼ਿਆਦਾ ਜਿਹੜਾ ਗ੍ਰੀਨ ਆਫਿਸ ਸਪੇਸ ਦੀ ਆਪਾਂ ਗੱਲ ਕੀਤੀ ਸੀ ਵੀ ਨੇਚਰਲ ਲਾਈਟ ਦਾ ਯੂਜ਼ ਹੋ ਰਿਹਾ ਹੈ ਐਵੀ ਬੇਕਾਰ ਵਿੱਚ ਏਸੀ ਨਹੀਂ ਚਲਾਏ ਹੋਏ ਸਾਹ ਤੋਂ ਛੱਡੀ ਹੋਈ ਹੈ ਨੇਚਰਲ ਹਵਾ ਲਈ ਵੀ ਇਦਾਂ ਕਾਹ ਕੁ ਲਾਇਆ ਹੋਇਆ ਇਦਾਂ ਕਰਕੇ ਇਹਦੇ ਵਿੱਚ ਗ੍ਰੀਨ ਆਫਿਸ ਸਪੇਸ ਦੇ ਵਿੱਚ ਬੈਂਗਲੌਰ ਸਭ ਤੋਂ ਉੱਤੇ ਹੈ ਬਹੁਤ ਇੰਪੋਰਟੈਂਟ ਅਗਲਾ ਕਿਧਰ ਦੇ ਐਸਪੀ ਸਿੰਘ ਦੀ ਜਿਹੜੀ ਝਾੜੂਦਾਨ ਪਹਿਲ ਕਦਮੀ ਹੈ ਉਹਨੂੰ ਇੰਡੀਆ ਬੁੱਕ ਆਫ ਰਿਕਾਰਡਸ ਵਿੱਚ ਸਥਾਨ ਮਿਲਿਆ ਹੈ ਐਸਪੀ ਸਿੰਘ ਨੇ ਕਿਹਾ ਵੀ ਲੋਕਪਨ ਅਸੀਂ ਝਾੜੂਦਾਨ ਕਰਾਂਗੇ ਵੀ ਕਟਕਟ ਕੀ ਪਤਾ ਝਾੜੂ ਦੇਖ ਕੇ ਬੇਸ਼ਰਮੀ ਹੋ ਕੇ ਕਿਥ ਕੀ ਪਤਾ ਝਾੜੂ ਹੀ ਮਾਰਨ ਲੱਗ ਜਾਣ ਮਤਲਬ ਐਦਾਂ ਨਹੀਂ ਹੈ ਝਾੜੂਦਾਨ ਹੈ ਜਿਹੜਾ ਮੈਂ ਤੁਹਾਨੂੰ ਸਮਝਾਉਣ ਲਈ ਜਿੱਦਾਂ ਹੁੰਦਾ ਨਾ ਪੁਲਿਸ ਵਾਲੇ ਕਰਦੇ ਹਾਂਜੀ ਯਾਰ ਲੈ ਲੈ ਹੈਲਮਟ ਨਹੀਂ ਪਾਇਆ ਸਟੀਲ ਕਾ ਆਪਕਾ ਸਰ ਹੈ ਲੀਜੀਏ ਆਪਕੇ ਲਈ ਚਾਕਲੇਟ ਉਦਾਂ ਤਾਂ ਝਾੜੂਦਾਨ ਕੀਤਾ ਐਸਪੀ ਸਿੰਘ ਨੇ ਸ਼ੁਰੂ ਤੇ ਐਸਪੀ ਸਿੰਘ ਕਿੱਥੋਂ ਹੈ ਐਸਪੀ ਸਿੰਘ ਇਜ਼ ਫਰੋਮ ਉੱਤਰ ਪ੍ਰਦੇਸ਼ ਠੀਕ ਹੈ ਐਸਪੀ ਸਿੰਘ ਇਸ ਫਰਮ ਉੱਤਰ ਪ੍ਰਦੇਸ਼ ਤੇ ਹਨ ਰੱਖੋ ਇਹਨਾਂ ਦਾ ਇੱਕ ਝਾੜੂ ਦਾਨ ਸ਼ੁਰੂ ਕੀਤਾ ਸਿੰਪਲ ਨਾ ਤਾਂ ਜਿੱਦਾਂ ਝਾੜੂ ਨੂੰ ਦਾਨ ਕੀਤਾ ਵੀ ਲੋਕੀ ਘਟੋ ਘਟ ਸਫਾਈ ਸੁਫੀਤਾ ਰੱਖਣ ਕੀ ਪਤਾ ਝਾੜੂ ਨੂੰ ਦਾਨ ਕਰਕੇ ਤਾਂ ਐਸਪੀ ਸਿੰਘ ਦਾ ਇਹ ਇਨੀਸ਼ੀਏਟਿਵ ਹੈ ਜੀ ਬਹੁਤ ਇੰਪੋਰਟੈਂਟ ਅਗਲਾ ਅਰੇ ਬਾਪਰੇ ਤਾਂ ਬਹੁਤ ਇੰਪੋਰਟੈਂਟ ਸਵਾਲ ਸੀਗਾ ਬਟ ਇਹਦਾ ਜਵਾਬ ਅੱਧਰ ਹੀ ਆ ਗਿਆ ਤਾਂ ਕੰਟਰੀ ਦਾ ਪਹਿਲਾ ਕਾਰਟੋਗ੍ਰਾਫੀ ਮਿਊਜ਼ੀਅਮ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੁੰਦਾ ਕਿ ਇਹ ਕਾਰਟੋਗ੍ਰਾਫੀ ਕਹਿੰਦੇ ਜਿਹੜੂ ਮੈਪ ਦੀ ਪੜਾਈ ਜਿਹਨੂੰ ਆਪਾਂ ਕਹਿੰਦੇ ਸਟੱਡੀ ਆਫ ਮੈਪਸ ਨਕਸ਼ਿਆਂ ਦੀ ਜਿਹੜੀ ਪੜਾਈ ਹੈ ਉਹਨੂੰ ਕਿਹਾ ਜਾਂਦਾ ਹੈ ਕਾਰਟੋਗ੍ਰਾਫੀ ਤੇ ਭਾਰਤ ਦਾ ਪਹਿਲਾ ਨਕਸ਼ਿਆਂ ਦਾ ਇੱਕ ਨਕਸ਼ਿਆਂ ਦੀ ਪੜਾਈ ਦਾ ਇੱਕ ਮਿਊਜ਼ੀਅਮ ਖੁੱਲ ਚੁੱਕਾ ਹੈ ਕਿੱਥੇ ਮਸੂਰੀ ਚ ਖੁੱਲ ਚੁੱਕਾ ਹੈ ਤਾਂ ਧਿਆਨ ਰੱਖਣਾ ਜੀ ਭਾਰਤ ਦਾ ਪਹਿਲਾ ਨਕਸ਼ਿਆਂ ਦੀ ਪੜਾਈ ਵਾਲਾ ਜਿਹੜਾ ਮਿਊਜ਼ੀਅਮ ਹੈ ਉਹ ਕਿੱਥੇ ਖੁੱਲ ਚੁੱਕ ਮਸੂਰੀ ਵਿੱਚ ਖੁੱਲ ਚੁੱਕਾ ਹੈ ਵੈਰੀ ਇੰਪੋਰਟੈਂਟ ਇੰਪੋਰਟੈਂਟ ਧਿਆਨ World Tourism Day 27 ਸਤੰਬਰ ਥੀਮ Tourism and Green Investments ਚਲੋ ਅਗਲਾ ਚੱਲਦੇ ਆਪਾਂ ਤੇ ਇਹਦੇ ਬਾਰੇ ਭਾਈ ਜੀ ਉਹ ਸਵਾਲ ਬਣਿਆ ਨਹੀਂ ਮੈਥੋਂ ਇਹਨੂੰ ਸਮਝ ਨਹੀਂ ਆ ਮੈਂ ਤੁਹਾਡੇ ਤੋਂ ਕੀ ਪੁੱਛਾਂ ਤਾਂ ਇੰਨੀ ਬਸ ਗੱਲ ਆਪਾਂ ਪਿਛਲੀ ਵਾਰ ਪੜ੍ਹੀ ਸੀ ਕਿ ਅੱਠਵਾਂ ਆਇਲ ਅੱਠਵਾਂ ਕੰਟੀਨੈਂਟ ਅੱਠਵਾਂ ਮਹਾਦੀਪ ਵੀ ਕਹਿੰਦੇ ਆ ਚੁੱਕਾ ਹੈ ਉਹ ਕਿਹੜਾ ਹੈ ਨਿਊਜ਼ੀਲੈਂਡ ਹੈ ਨਾ ਜਿਹੜਾ ਉਹਦੇ ਥੱਲੇ ਜਿਹੜੀ ਧਰਤੀ ਬੱਸੀ ਹੋਈ ਆ ਉਹਦਾ ਨਾਂ ਕੀ ਰੱਖਿਆ ਨੇ ਨੈਜ਼ੀਲੈਂਡਿਆ ਆ ਨਿਊਜ਼ੀਲੈਂਡ ਹੈ ਆ ਜਿਹੜਾ ਸਾਰਾ ਉਹਦੇ ਥੱਲੇ ਆ ਕਹਿੰਦੇ ਤਕੜਾ ਜਾ ਇਹਨੂੰ ਕਿਹਾ ਜਾ ਰਿਹਾ ਕਿ ਅੱਠਵਾਂ ਕੰਟੀਨੈਂਟ ਜਿਹੜਾ ਬਣ ਰਿਹਾ ਹੈ ਜ਼ੀ ਲੈਂਡਿਆ ਬਣ ਰਿਹਾ ਹੈ ਬਸ ਇੰਨਾ ਹੀ ਹੈ ਸਵਾਲ ਮੈਨੂੰ ਸੱਚੀ ਸਮਝ ਨਹੀਂ ਆਇਆ ਮੈਂ ਕਿਹਾ ਥਿਉਰੀ ਪੜਾਂਗੇ ਅਗਲਾ ਹਾਂਜੀ ਗੂਗਲ ਤੇ ਕਿਨੇ ਨਾਲ ਇੱਕ ਸਮਝੌਤਾ ਕੀਤਾ ਕਹਿੰਦੇ ਅਸੀਂ ਕ੍ਰੋਮ ਬੁਕਸ ਬਣਾਵਾਂਗੇ ਭਾਰਤ ਚ ਮੈਂ ਤੁਹਾਨੂੰ ਦੱਸਿਆ ਸੀ ਵੀ ਜਿੱਦਾਂ Jio ਨੇ ਵੀ 16000 ਦੀ ਇੱਕ ਲੈਪਟਾਪ ਕੱਢਿਆ ਮੇਰ ਹਰ ਕੋਈ ਨਹੀਂ ਅਫੋਰਡ ਕਰ ਸਕਦਾ 30 40 50 60 70 80000 ਲੱਖ ਰੁਪਏ ਤੱਕ ਦੇ ਲੈਪਟਾਪ ਨਹੀਂ ਅਫੋਰਡ ਕਰ ਸਕਦਾ ਕਿਉਂਕਿ ਜਦੋਂ ਤੁਸੀਂ ਕਾਲਜ ਵਿੱਚ ਜਾਂਦੇ ਹੋ ਤੁਹਾਨੂੰ ਕਦੇ ਨਾ ਕਦੇ ਕਿਤਨਾ ਕਿਤੇ ਲੈਪਟਾਪ ਦੀ ਲੋੜ ਪੈਂਦੀ ਹੀ ਪੈਂਦੀ ਹੈ ਕਿਉਂਕਿ ਅੱਜ ਕੱਲ ਜਿਹੜੇ ਅਸਾਈਨਮੈਂਟ ਨੇ ਔਨਲਾਈਨ ਹੋ ਰਹੇ ਨੇ ਠੀਕ ਹੈ ਤੁਹਾਨੂੰ ਕੁਝ ਆਪਣਾ ਅਸਾਈਨਮੈਂਟ ਕਰਨਾ ਹੈ ਲਿਖ ਕੇ ਵੀ ਕਰਨਾ ਹੈ ਤਾਂ ਵੀ ਤੁਹਾਨੂੰ ਔਨਲਾਈਨ ਕਰਨਾ ਪੈਂਦਾ ਸਰਚ ਹਮੇਸ਼ਾ ਫੋਨ ਤੇ ਕਿੰਨਾ ਕਰ ਲਓਗੇ ਫੋਨ ਤੇ ਕਿੰਨੀਆਂ ਕਲਾਸਾਂ ਲਾ ਲਓਗੇ ਹੈਨਾ ਜਿੱਦਾਂ ਕੋਵਿਡ 19 ਹੋ ਕੇ ਹਟਿਆ ਉਹਨੇ ਜ਼ਰੂਰੀ ਦਸਤਾਵੇਜ਼ ਸਾਰਿਆਂ ਨੂੰ ਵੀ ਭਾਜੀ 5 ਸਾਲ ਪਹਿਲਾਂ ਦੇਖ ਲਓ ਕੀ ਸੀਗਾ ਆਨਲਾਈਨ ਕੁਝ ਤੇ ਅੱਜ ਦੇਖ ਲਓ ਆਨਲਾਈਨ ਦਾ ਹਿਸਾਬ-ਕਿਤਾਬ ਐਦਾਂ ਤਾਂ Google ਨਾਲ HP HP ਮਤਲਬ ਕਿ ਹਿਮਾਚਲ ਪ੍ਰਦੇਸ਼ ਵਾਲੇ ਨਹੀਂ HP ਹੈ ਜੀ ਕੰਪਿਊਟਰ ਬਣਾਉਣ ਦੀ ਜਿਹੜੀ ਕੰਪਨੀ ਹੈ HP ਇਹਨਾਂ ਨੇ ਕਿਹਾ ਵੀ ਅਸੀਂ ਰਲ ਕੇ Chrome Books ਬਣਾਵਾਂਗੇ Chrome Books ਕੀ ਹੈ ਬੱਚੇ Google ਦਾ Chrome ਹੁੰਦਾ ਨਾ Google Chrome ਬਰਾਊਜ਼ਰ ਤੁਸੀਂ ਯੂਜ਼ ਕਰਦੇ ਹੋਣੇ ਸર્ચ ਸੋਚ ਕਰਨ ਨੂੰ ਗੂਗਲ ਤਾਂ ਉਹਨਾਂ ਦੀ ਹੀ ਕ੍ਰੋਮ ਬੁੱਕ ਨਾ ਕੱਢਿਆ ਇਹਨਾਂ ਨੇ ਤੇ ਸਸਤੀ ਜੀ ਕੱਢਣਗੇ ਵੀ 22000 ਤੱਕ ਦੀ 15 16000 ਤੱਕ ਦੀ ਜਿੱਦਣ ਵੀ ਤਾਂ ਉਹ ਐਚਪੀ ਤੇ ਗੂਗਲ ਲੈਣਾਂ ਦੀ ਵੈਰੀ ਇੰਪੋਰਟੈਂਟ ਚੀਜ਼ ਹੋ ਜੂਗੀ ਅਗਲਾ ਹੰਗਰੀ ਦੇ ਕੈਟਲਿਨ ਕ੍ਰੀਕੋ ਤੇ ਡੈਸ਼ ਦੇ ਡਰੂ ਵਾਈਸਮੈਨ ਨੂੰ ਮਿਲਿਆ ਜੀ ਨੋਬਲ ਪ੍ਰਾਈਜ਼ ਇਨ ਫਿਜ਼ੀਓਲੋਜੀ ਆ ਫਿਰ ਮੈਡੀਸਨ ਤਾਂ ਜੀ ਫਿਜ਼ਿਕਸ ਕੈਮਿਸਟਰੀ ਫਿਜ਼ੀਓਲੋਜੀ ਆ ਮੈਡੀਸਨ ਇਕਨੋਮਿਕਸ ਪੀਸ ਤੇ ਲਿਟਰੇਚਰ ਇਹ 6 ਹੁੰਦੇ ਨੇ ਜਿਦੇ ਵਿੱਚ ਨੋਬਲ ਪ੍ਰਾਈਜ਼ ਮਿਲਦਾ ਹੈ ਤੇ ਹੁਣ ਤੱਕ ਫਿਜ਼ਿਕਸ ਕੈਮਿਸਟਰੀ ਤੇ ਫਿਜ਼ੀਓਲੋਜੀ ਜਾਂ ਦਵਾਈਆਂ ਵਿੱਚ ਮਿਲ ਚੁੱਕਾ ਹੈ ਤਾਂ ਇਹ ਮਿਲਿਆ ਜੀ ਡਰੂ ਵਿਸਮੈਨ ਨੂੰ ਵੇਅਰ ਇਜ਼ ਫਰਮ ਡਰੂ ਵਿਸਮੈਨ ਡਰੂ ਵਿਸਮੈਨ ਇਜ਼ ਫਰਮ ਯੂ ਐਸ ਏ ਯੂਨਾਈਟਿਡ ਸਟੇਟਸ ਆਫ ਅਮਰੀਕਾ ਤੋਂ ਹੈ ਡਰੂ ਵਿਸਮੈਨ ਭਾਜੀ ਧਿਆਨ ਰੱਖਣੀ ਗੱਲ ਤੇ ਇੰਪੋਰਟੈਂਟ ਗੱਲ ਕੀ ਦੱਸੀ ਸੀ ਇਹਨਾਂ ਨੇ ਜਿਹੜੀ ਕੋਵਿਡ 19 ਦੀ ਵੈਕਸੀਨ ਬਣੀ ਹੈ mRNA ਵੈਕਸੀਨ ਉਹਦੇ ਵਿੱਚ ਵਧੀਆ ਇਹਨਾਂ ਨੇ ਆਪਣੀ ਭਾਗੀ ਹਿੱਸੇਦਾਰੀ ਦਿੱਤੀ ਸੀ ਵਧੀਆ ਇਹਨਾਂ ਨੇ ਖੋਜ ਕੀਤੀ ਸੀ ਆ ਦੇਖੋ ਕਹਿੰਦੇ ਜੀ ਨਿਊਕਲੀਓਸਾਈਡ ਨਿਊਕਲੀਓਸਾਈਡ ਬੇਸ ਸੋਧਾਂ ਬਾਰੇ ਆਪਣੀਆਂ ਖੋਜਾਂ ਲਈ ਧੰਨਵਾਦ ਕੀਤਾ ਜਿਸ ਨੇ ਕੋਵਿਡ-19 ਵਿਰੁੱਧ ਪ੍ਰਭਾਵਸ਼ਾਲੀ ਐਮ ਆਰ ਐਨ ਏ ਟੀਕਿਆਂ ਦੇ ਵਿਕਾਸ ਨੂੰ ਸਮਰੱਥ ਬਣਾਇਆ ਮਤਲਬ ਕਿ ਇਹਨਾਂ ਨੇ ਕੁਝ ਨਿਊਕਲੀਓਸਾਈਡ ਇਹ ਕੋਈ ਚੀਜ਼ ਹੈ ਡਿਸਕਵਰੀਜ਼ ਕਨਸਰਨਿੰਗ ਨਿਊਕਲੀਓਸਾਈਡ ਵਿੱਚ ਮੋਡੀਫਿਕੇਸ਼ਨ ਕੀਤੇ ਜਿਦੇ ਕਰਕੇ ਐਮ ਆਰ ਐਨ ਏ ਵੈਕਸੀਨ ਵਧੀਆ ਬਣੀਆਂ ਹੁਣ ਇਹਦੇ ਵਿੱਚ ਆਪਾਂ ਡਿਟੇਲ ਵਿੱਚ ਜਾਈਏ ਕੋਈ ਲੋਡ ਨਹੀਂ ਆ ਜਾਣ ਦੀ ਪੀਸੀਐਸ ਦਾ ਪੇਪਰ ਦੇਣਾ ਤੁਸੀਂ ਨਹੀਂ ਯੂਪੀਐਸਸੀ ਦਾ ਪੇਪਰ ਦੇਣਾ ਤੁਸੀਂ ਨਹੀਂ ਫਿਰ ਯਾਦ ਕੀ ਰੱਖਣਾ ਹੈ ਕਿਨੂੰ ਮਿਲਿਆ ਕਿੱਥੋਂ ਮਿਲਿਆ ਤੇ ਬੜੀ ਬੇਸਿਕ ਜੀ ਚੀਜ਼ ਕਿ ਕਾਦੇ ਲਈ ਮਿਲਿਆ ਵੀ ਕਹਿੰਦੇ ਜਿਹੜੀ ਕੋਵਿਡ-19 ਦੇ ਟੀਕੇ ਨੇ ਉਹਨਾਂ ਨੂੰ ਹੋਰ ਵਧੀਆ ਬਣਾਉਣ ਲਈ ਇਹਨਾਂ ਨੇ ਕੁਝ ਕੰਮ ਕੀਤਾ ਸੀਗਾ ਇਹਨਾਂ ਚਲੋ ਹੁਣ ਸਟ੍ਰੈਟੇਜੀ ਕੀ ਸਿੱਧੀ ਜੀ ਗੱਲ ਹੈ ਜੀ ਚਲੋ ਹਾਂ ਜੀ ਵੈਨ ਵਰ ਦਾ ਨੋਬਲ ਪ੍ਰਾਈਜ਼ ਇਸ ਅਵਾਰਡਡ ਫਾਰ ਦਾ ਫਸਟ ਟਾਈਮ ਵੈਨ ਵਾਸ ਦਾ ਬਹੁਤ ਸਿੰਪਲ ਕੁਐਸਚਨ ਬਹੁਤ ਇੰਪੋਰਟੈਂਟ ਸਟ੍ਰੈਟੇਜੀ ਕੀ ਦਾ ਕੁਐਸਚਨ ਆਇਆ ਪਹਿਲੀ ਵਾਰ ਨੋਬਲ ਪੁਰਸਕਾਰ ਕਦੋਂ ਦਿੱਤੇ ਗਏ ਸਨ ਹਾਂਜੀ ਬੜਾ ਸਿੰਪਲ ਕੁਐਸਚਨ ਹੈ ਜੀ ਤਾਂ ਜੀ 1901 ਮੈਂ ਤਾਂ ਹੀ ਇਹ ਕੁਐਸਚਨ ਪਾਇਆ ਮੈਨੂੰ ਪਤਾ ਬੱਚੇ ਕਨਫਿਊਜ਼ ਹੋਣਗੇ ਤੇ ਕੁਝ ਹੋ ਵੀ ਗਏ ਕੁਝ ਨੇ 1895 ਹੀ ਲਿਖਿਆ ਤਾਂ ਬੱਚੇ 1895 ਦਿੱਤਾ ਐਲਫ੍ਰੇਡ ਨੋਬਲ ਸਾਹਿਬ ਦੀ ਵਸੀਅਤ ਸੀਗੀ ਇਹਨਾਂ ਦੀ ਇਹ ਵਿਲ ਸੀਗੀ ਇਹਨਾਂ ਦੀ ਇਹ ਇੱਛਾ ਸੀਗੀ 1895 ਜਿਹੜੀ ਇਹਨਾਂ ਦੀ ਵਸੀਅਤ ਨਿਕਲੀ ਉਹਦੇ ਚ ਕਿਹਾ ਸੀ ਕਹਿੰਦੇ ਵੀ ਨੋਬਲ ਪ੍ਰਾਈਜ਼ ਬਣਾਉਂਦਾ ਪੰਜ ਕੈਟੇਗਰੀਆਂ ਵਿੱਚ ਫਿਜ਼ਿਕਸ, ਕੈਮਿਸਟਰੀ, ਫਿਜ਼ੀਓਲੋਜੀ ਜਾਂ ਫਿਰ ਮੈਡੀਸਿਨ, ਲਿਟਰੇਚਰ ਤੇ ਸ਼ਾਂਤੀ ਤੇ ਆਹ ਵੇਖੋ ਜੀ ਪਹਿਲੀ ਵਾਰ ਕਦੋਂ ਦਿੱਤੇ ਗਏ 1901 ਚ 1901 ਅਗਲਾ ਨੋਬਲ ਪ੍ਰਾਈਜ਼ ਇਕਨੋਮਿਕਸ ਦੇ ਖੇਤਰ ਵਿੱਚ ਕਦੋਂ ਤੋਂ ਸਟਾਰਟ ਹੋਇਆ ਅੱਜ ਮੈਂ ਖਾ ਕੇ ਆ ਬਦਾਮ ਰਾਤੀ ਭਿਣੇ ਯਾਦ ਰਹੇ ਫਿਰ ਵਧੀਆ ਛਿੱਲ ਕੇ ਖਾ ਕੇ ਆ ਅੰਦਰ ਥੋੜੀ ਜਿਹੀ ਚੀਨੀ ਪਾ ਕੇ ਕੁੱਟ ਕੇ ਆਹਾਹਾ ਚਲੋ ਹਾਂਜੀ ਨੋਬਲ ਪ੍ਰਾਈਜ਼ ਜਿਹੜਾ ਇਕਨੋਮਿਕਸ ਦੇ ਖੇਤਰ ਚ ਦਿੱਤਾ ਜਾਂਦਾ ਹੈ ਇਹ ਕਦੋਂ ਤੋਂ ਸ਼ੁਰੂਆਤ ਹੋਈ ਤਾਂ ਇਹ ਹੋਈ 1968 ਤੋਂ ਮੈਂ बार-बार ਕਹਿ ਰਿਹਾ ਸਟਾਰਟਿੰਗ ਜਦੋਂ ਹੋਈ ਨੋਬਲ ਪ੍ਰਾਈਜ਼ ਇਸ ਦੀ ਤਾਂ ਉਹ ਸਿਰਫ 5 ਏਰੀਆਜ਼ ਵਿੱਚ ਹੋਈ ਸੀਗੀ ਲੇਕਿਨ 1968 ਚ ਉਹ 6ਵਾਂ ਏਰੀਆ ਇਨਕਲੂਡ ਕੀਤਾ ਗਿਆ ਇਹ ਮੇਰੀ ਗੱਲ ਮੇਰੇ ਵੀਰੋ ਮੇਰੇ ਭੈਣੋ ਧਿਆਨ ਰੱਖਿਓ ਠੀਕ ਹੈ ਜੀ 1968 ਚ ਅਗਲਾ ਤਾਂ ਆ ਵੇਖੋ ਜੀ ਜਿੱਦਾਂ ਮੈਂ ਕਿਹਾ ਫਿਜ਼ਿਕਸ కెమిస్ట్రీ ਫਿਜ਼ੀਓਲੋਜੀ ਲਿਟਰੇਚਰ ਤੇ ਪੀਸ ਵਿੱਚ ਸਟਾਰਟ ਹੋਇਆ ਤੇ 1968 ਦੇ ਵਿੱਚ ਇਕਨੋਮਿਕਸ ਨੂੰ ਵੀ ਐਡ ਕੀਤਾ ਗਿਆ ਤਾਂ ਇਹ ਇੰਪੋਰਟੈਂਟ ਹੈ ਜੀ ਸਾਰੇ ਪ੍ਰਾਈਜ਼ ਨੇ ਜਿਹੜੇ ਉਹ ਸਟਾਕਹੋਲਮ ਸਵੀਡਨ ਵਿੱਚ ਦਿੱਤੇ ਜਾਂਦੇ ਨੇ ਐਕਸੈਪਟ ਜਿਹੜਾ ਸ਼ਾਂਤੀ ਪੁਰਸਕਾਰ ਹੈ ਉਹ ਨਾਰਵੇ ਦਿੱਤਾ ਜਾਂਦਾ ਦੇਖੋ ਮੈਂ ਇਹਦੇ ਉੱਤੇ ਦੁਬਾਰਾ ਇੰਨਾ ਜ਼ਿਆਦਾ ਟਾਈਮ ਤਾਂ ਲਾ ਰਿਹਾ ਕਿਉਂਕਿ ਇੰਪੋਰਟੈਂਟ ਚੀਜ਼ ਹੈ ਇੱਕ ਇੱਕ ਸਵਾਲ ਆਪਣੇ ਪੇਪਰ 'ਚ ਬਣੂਗਾ ਫਿਰ ਕਹੋਗੇ ਬੂਟਾ ਗਾਲਾਂ ਕੱਢਦਾ ਸਰਨੇ ਦੱਸਿਆ ਨਹੀਂ ਹੈਨਾ ਧਿਆਨ ਰੱਖਣਾ ਜੀ 11 ਲੱਖ ਸਵੀਡਿਸ਼ ਕਰੋਨਾ ਪੈਸੇ ਮਿਲਦੇ ਨੇ ਯਾਨੀ ਕਿ 8 ਕਰੋੜ 30 ਲੱਖ ਦੇ ਨੇੜੇ ਤੇੜੇ ਪਹਿਲੀ ਵਾਰ 1901 ਵਿੱਚ ਸ਼ਾਂਤੀ ਪੁਰਸਕਾਰ ਨਾਰਵੇ ਦਿੱਤਾ ਜਾਂਦਾ ਤੇ ਸਾਰੇ ਬਾਕੀ ਦਿੱਤੇ ਜਾਂਦੇ ਨੇ ਸਵੀਡਨ ਦੇ ਵਿੱਚ ਆਓ ਅਗਲਾ ਨੋਬਲ ਪ੍ਰਾਈਜ਼ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਕਿੰਨੇ ਭਾਰਤੀਆਂ ਨੇ ਜਿੱਤਿਆ ਹੈ ਇਸ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਕਿੰਨੇ ਭਾਰਤੀਆਂ ਨੇ ਨੋਬਲ ਪੁਰਸਕਾਰ ਜਿੱਤਿਆ ਹੈ ਯਾਨੀ ਕਿ 1901 ਤੋਂ ਸਟਾਰਟ ਹੋਇਆ ਤੇ 2023 ਆ ਗਿਆ ਹੁਣ ਤੱਕ ਕਿੰਨੇ ਭਾਰਤੀਆਂ ਜਿੱਤਿਆ ਹੈ ਵੀਰਪਾਲ ਗਿੱਲ 11 ਲੱਖ ਦੇ ਕੇ ਕਰੋਨਾ ਜਰੂਰ ਲਾਓ 11 ਲੱਖ ਰੁਪਏ ਤਾਂ ਕੁਝ ਵੀ ਨਹੀਂ ਬਣੇ 11 ਲੱਖ ਕਰੋਨਾ ਦਾ ਮਤਲਬ ਹੋ ਗਿਆ 8 ਕਰੋੜ 30 ਲੱਖ ਹੈ ਨਾ ਕਿਉਂਕਿ ਦੇਖੋ ਅਸੀਂ ਮਜ਼ਾਕ ਮਜ਼ਾਕ ਚ ਕਹਿ ਦਿੰਦੇ ਆ ਕਿ ਨਹੀਂ ਸਪਤਾ ਹੈ ਮੇਰੇ ਕੋ ਯਾਦ ਰਹੇਗਾ। ਕੀ ਇਹ ਚੀਜ਼ 4 ਮਹੀਨੇ ਬਾਅਦ ਤੁਹਾਡੇ ਯਾਦ ਰਹੂਗੀ? ਪਤਾ ਲੱਗ ਪੇਪਰ ਚ 11 ਲੱਖ ਕਰਕੇ ਆ ਜਾਓ। ਕੀ ਪਤਾ ਪੇਪਰ ਵਾਲਾ ਵੀ 11 ਲੱਖ ਰੁਪਏ ਲਿਖ ਦੇਵੇ, 11 ਲੱਖ ਡਾਲਰ ਲਿਖ ਦੇਵੇ, 11 ਲੱਖ ਯੂਰੋ ਲਿਖ ਦੇਵੇ, 11 ਲੱਖ ਕਰੋਨਾ ਲਿਖ ਦੇਵੇ ਤੇ ਤੁਸੀਂ 11 ਲੱਖ ਰੁਪਏ ਉੱਤੇ ਟਿੱਕ ਕਰਕੇ ਆ ਜਾਓ। ਸਮਝ ਰਹੇ ਹੋ? ਤਾਂ ਜੀ ਹੁਣ ਤੱਕ 13 ਲੋਕਾਂ ਨੇ ਦਿੱਤਾ ਜੀ। ਪਹਿਲੀ ਵਾਰ ਜਿੱਤਿਆ ਸੀਗਾ ਸਾਲ 1913 ਦੇ ਵਿੱਚ ਲਿਟਰੇਚਰ ਜਿਹਨੂੰ ਆਪਾਂ ਕਹਿੰਦੇ ਸਾਹਿਤ ਦੇ ਖੇਤਰ ਵਿੱਚ ਰਬਿੰਦਰਨਾਥ ਟੈਗੋਰ ਨੇ पहली बार किसी बीबी ने जितया तो नाइनटीन सैवनटी नाइन मदर ट्रीसा ने शांति पुरस्कार जितया सखनी गल वेरी इंपॉर्टेंट सर्कल नाइन परसन किया भाजी ये सेम स्लाइड सभी मैं नाइन क्यों कहूँगा मैं अच्छा नाइन है ओ हो सॉरी 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 माई बैड माई बैड माई बैड माई बैड माई बैड माई बैड मेरी गलती मेरी गलती नाइन है जी यही कितों आया मेरा एक कहाँ से मेरी गलती है भाजपी वैरी 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 सॉरी मेरी गलती है मेरी गलती है नौ लोग ने सॉरी यार सॉरी 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 वैरी टू सॉरी टू से ਸੌਰੀ 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 ਮਾਫੀ 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 ਸੌਰੀ 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 9999 9 ਲੋਕ ਨੇ ਹਾਂ ਨੋ ਲੋਕ ਨਹੀਂ ਮੈਨੂੰ ਪਤਾ ਨਹੀਂ 13 ਕਿਉਂ ਕੀਤਾ ਯਾਰ ਮੈਨੂੰ ਵੀ ਧਿਆਨ ਨਹੀਂ ਇਹ ਕੀ ਪਤਾ ਮੇਰੇ ਦਿਮਾਗ ਚ ਕੀ ਚੱਲਿਆ ਹੋਣਾ ਤੇ ਇੱਕ ਹੋਰ ਚੀਜ਼ ਤੁਹਾਨੂੰ ਦੱਸਣੀ ਹੈ ਹਾਂਜੀ ਤਾਂ ਪਹਿਲੀ ਵਾਰ ਮਿਲਿਆ ਕਿਹਨੂੰ ਮਿਲਿਆ ਜੀ 1913 ਵਿੱਚ ਰਵਿੰਦਰਨਾਥ ਟੈਗੋਰ ਜੀ ਨੂੰ ਮਿਲਿਆ ਜੀ ਸਾਹਿਤ ਦੇ ਖੇਤਰ ਵਿੱਚ ਪਹਿਲੀ ਵਾਰ ਕਿਸੇ ਔਮਨ ਨੂੰ ਮਦਰ ਟ੍ਰੇਸਨ ਨੂੰ 1979 ਵਿੱਚ ਪੀਸ ਲਈ ਮਿਲਿਆ ਤੇ ਇੱਕ ਹੋਰ ਇੰਪੋਰਟੈਂਟ ਹੈ ਜੀ ਤੁਹਾਨੂੰ ਪਤਾ ਹੋਗਾ ਆਪਾਂ ਪੜਿਆ ਸੀਗਾ ਪਲਕ ਗੂਲੀਆ ਬਾਰੇ ਯਾਦ ਹੈ ਤੁਹਾਨੂੰ ਪਲਕ ਗੂਲੀਆ ਜਿਹੜੀ ਕੁੜੀ ਐ ਉਹਨੇ 골ਡ ਮੈਡਲ ਦਿੱਤਾ ਸੀਗਾ ਇਹਨੂੰ ਪ੍ਰੋਪਰ ਡਿਟੇਲ ਵਿੱਚ ਕਰਾਵਾਂਗੇ ਲੇਕਿਨ ਉੱਥੇ ਮੈਂ ਦੱਸਿਆ ਸੀਗਾ ਕੁੜੀ ਚੰਡੀਗੜ੍ਹ ਤੋਂ ਹੈ ਉੱਥੇ ਮੈਂ ਦੱਸਿਆ ਸੀ ਕਿ ਕੁੜੀ ਚੰਡੀਗੜ੍ਹ ਤੋਂ ਹੈ ਠੀਕ ਹੈ ਲੇਕਿਨ ਸ਼ੀ ਇਸ ਫਰਮ ਜੱਜਰ ਹਰਿਆਣਾ ਐਕਚੁਅਲੀ ਮੈਂ ਪੜਿਆ ਸੀਗਾ ਦਾ ਟ੍ਰਿਬਿਊਨ ਦਾ ਇੱਕ ਆਰਟੀਕਲ ਤੇ ਆਰਟੀਕਲ ਮੈਂ ਪੂਰਾ ਪੜਿਆ ਨਹੀਂ ਮੈਂ ਟਾਈਟਲ ਪੜ ਕੇ ਬਣਾਤਾ ਸੀ ਸਵਾਲ ਉੱਥੇ ਲਿਖਿਆ ਸੀਗਾ ਸਿਟੀ ਗਰਲ ਮੇਕਸ ਚੰਡੀਗੜ੍ਹ ਪ੍ਰਾਊਡ ਬਾਏ ਵਿਨਿੰਗ 골ਡ ਮੈਡਲ ਹੁਣ ਉਹ ਵਾਲੇ ਤਾਂ ਹੀ ਕਰਦੇ ਹੁੰਦੇ ਨੇ ਉਹ ਜਦੋਂ ਅੰਦਰ ਪੜਿਆ ਤਾਂ ਪਤਾ ਲੱਗਿਆ ਉੱਥੇ ਲਿਖਿਆ ਫਿਰ ਡੀਏਵੀ ਕਾਲਜ ਵਿੱਚ ਪੜਨ ਵਾਲੀ ਪਲਕ ਗੋਲੀਆਂ ਨੇ ਚੰਡੀਗੜ੍ਹ ਦਾ ਨਾਮ ਰੌਸ਼ਨ ਕੀਤਾ ਇਹ ਕੋਈ ਗੱਲ ਬਣੀ ਯਾਰ ਹੁਣ ਜੇ ਤੁਹਾਡਾ ਕਾਲਜ ਕੇਰਲਾ ਵਿੱਚ ਤਾਂ ਤੁਸੀਂ ਕੇਰਲਾ ਨੂੰ ਥੋੜੀ ਪ੍ਰਾਊਡ ਕਰਾ ਦੋਗੇ ਯਾਰ ਇੱਕ ਤਾਂ ਟ੍ਰਿਬਿਊਨ ਵਾਲੇ ਵੀ ਨਾ ਉਹ ਹਟਦੇ ਹੀ ਨਹੀਂ ਆਪਣੇ ਵਾਲੇ ਨਾ ਵੀ ਬਸ ਪੰਜਾਬ 'ਚ ਜੇ ਕੋਈ ਪੜ ਰਿਹਾ ਮਤਲਬ ਉਹ ਪੰਜਾਬੀ ਹੋ ਗਿਆ ਇਹ ਥੋੜੀ ਹੁੰਦਾ ਹੈ ਹੈ ਕਿ ਨਹੀਂ ਹੁਣ ਮੰਨ ਲਓ ਤੁਹਾਡਾ ਕਾਲਜ ਹੈ ਥਰੂ ਵਨੰਤਪੁਰਮ ਕੋਰਲਾ ਕੇਰਲਾ ਦੇ ਵਿੱਚ ਹੁਣ ਤੁਸੀਂ ਉਥੋਂ ਵਿਰਲ ਵਿਲੋ ਇੰਸਟੀਟਿਊਟ ਆਫ ਟੈਕਨੋਲੋਜੀ ਤੋਂ ਖੇਡਦੇ ਹੋਏ ਵੀਆਈਟੀ ਤੋਂ ਖੇਡਦੇ ਹੋਏ ਤੁਸੀਂ 올림픽 ਚ ਮੈਡਲ ਲੈ ਕੇ ਆਉਂਗੇ ਤਾਂ ਕੇਰਲਾ ਵਾਲੇ ਕੀ ਲਿਖਣਗੇ ਕੇਰਲਾ ਦੇ ਮੁੰਡੇ ਨੇ ਰੱਖੀ ਪਾ ਕੇਰਲਾ ਦੀ ਸ਼ਾਨ ਜਿੱਤ ਲਿਆ 골ਡ ਮੈਡਲ ਇਹ ਤਾਂ ਕੋਈ ਗੱਲ ਹੀ ਨਹੀਂ ਬਣੀ ਉਹੀ ਗੱਲ ਬਸ ਟ੍ਰਿਬਿਊਨ ਵਾਲੇ ਨੇ ਕਿਹਾ ਸੀ ਬਟ ਚਲੋ ਉਹਨਾਂ ਨੇ ਲਿਖਿਆ ਵੀ ਡੀਏਵੀ ਕਾਲਜ ਗਰਲ ਮੇਕਸ ਸਿਟੀ ਪ੍ਰਾਊਡ ਐਦਾਂ ਕੁਝ ਕੀਤਾ ਹੋਇਆ ਸੀ ਇਹਨਾਂ ਨੇ ਪਤਾ ਨਹੀਂ ਕਿੱਦਾਂ ਯਾਰ ਕਾਲਜ ਵਿੱਚ ਪੜ੍ਹਦੀ ਕੁੜੀ ਨੇ ਚਲੋ ਐਨੀਵੇ ਮੈਂ ਚੰਡੀਗੜ੍ਹ ਯਾਦ ਕਰਤਾ ਸੀ ਕੋਈ ਨਾ ਭਾਜੀ ਯਾਰ ਚਲੋ ਬਰੋ ਦਾ ਚੀਫ ਕਿਨੂੰ ਬਣਾਇਆ ਗਿਆ ਜੀ ਬਰੋ ਯਾਨੀ ਕਿ ਬਾਰਡਰ ਰੋਡ ਆਰਗੇਨਾਈਜੇਸ਼ਨ ਬਹੁਤ ਇੰਪੋਰਟੈਂਟ ਹੈ ਜਦੋਂ ਤੁਸੀਂ ਮਨਾਲੀ ਤੋਂ ਉੱਤੇ ਨੂੰ ਜਾਓ ਮਨਾਲੀ ਤੋਂ ਉੱਤੇ ਜਿੰਨੇ ਵੀ ਪੁਲ ਬਣੇ ਹੋਏ ਨੇ ਅਟਲ 터ਨਲ ਬਣੀ ਹੋਈ ਹੈ ਅੱਗੇ ਜੋ ਵੀ ਪਹਾੜਾਂ ਚ ਉੱਤੇ ਵਾਲੇ ਪਹਾੜਾਂ ਵਿੱਚ ਜੰਮੂ ਵੱਲ ਨੂੰ ਵੀ ਜੋ ਕੁਝ ਬਣਿਆ ਹੈ ਨਾ ਸਾਰਾ ਬਰੋ ਵਾਲੇ ਬਣਾ ਰਹੇ ਨੇ ਬਾਰਡਰ ਰੋਡ ਆਰਗੇਨਾਈਜੇਸ਼ਨ ਵਾਲੇ ਸਰਕਾਰੀ ਵਾਲੇ ਨੇ ਮਨਾਲੀ ਹੁਣ ਜਾ ਕੇ ਦੇਖੋ ਜਿੱਦਾਂ ਮੇਰੇ ਯਾਰ ਦਵੇਲੀ ਨੇ ਦੱਸਦ ਨੇ ਕਹਿੰਦੇ ਬਈ ਮਨਾਲੀ ਤੋਂ ਲੈ ਕੇ ਆਟਾ ਟਨਲ ਦਾ ਰਾਤਾ ਬਰ ਬਣ ਚੁੱਕਾ ਹੈ ਉਹ ਛੋਟਾ ਮੋਟਾ ਛੁੱਟਪੁੱਟ ਛੁੱਟਪੁੱਟ ਰਹੇਗਾ ਮਨਾਲੀ ਹਜੇ ਬਣ ਰਿਹਾ ਹੈ ਕਿਉਂਕਿ ਉੱਤੇ ਵਾਲਾ ਬਣਾਇਆ ਬਰੋ ਆਲੇ ਨੇ ਉਹਨਾਂ ਨੇ ਰੇਲ ਬਣਾਈ ਤੇ ਮਨਾਲੀ ਹਜੇ ਬਹਿਆ ਪਿਆ ਪੂਰਾ ਹੈਨਾ ਚਲੋ ਇਹਦਾ ਜਵਾਬ ਕੀ ਹੋਜੂ ਬਰੋ ਦੇ ਚੀਫ ਨੇ ਜੀ ਕੌਣ ਲੈਫਟੀਨੈਂਟ ਜਨਰਲ ਰਗੂ ਸ਼੍ਰੀ ਨਿਵਾਸਨ एडमिरल हार हरी कुमार कौन ये ਸਾਡੇ ਇੰਡੀਅਨ ਨੇਵੀ ਦੇ ਚੀਫ ਨੇ ਲੈਫਟਨੈਂਟ ਜਨਰਲ ਮਨੋਜ ਪਾਂਡੇ ਇਹ ਸਾਡੇ ਇੰਡੀਅਨ ਆਰਮੀ ਦੇ ਚੀਫ ਨੇ ਪ੍ਰਵੀਨ सूद कौन ਹੈ ਦੱਸੂਗਾ ਕੋਈ ਰਿਵੀਜ਼ਨ ਕਰ ਲੈਣੇ ਆ ਤੁਹਾਡੀ ਤੇ ਜਿਹਨੂੰ ਜਿਹਨੂੰ ਨਹੀਂ ਪਤਾ ਉਹ ਆਪਣੇ ਆਪ ਹੁਣ ਇੱਕ ਵਾਰ ਇਸ ਵੀਡੀਓ ਨੂੰ ਸ਼ੇਅਰ ਕਰਨਗੇ ਇੱਕ ਵਾਰ ਲਾਈਕ ਕਰਨਗੇ ਦਿਲ ਤੇ ਹੱਥ ਰੱਖ ਕੇ ਦੇਖੋ ਜੀ ਸੱਚਾਈ ਆਪਣੇ ਨਾਲ ਸੱਚਾ ਰਹਿਣਾ ਆਪਣੇ ਟੀਚਰਾਂ ਨਾਲ ਆਪਣੇ ਘਰ ਦੇ ਨਾਲ ਆਪਣੀ ਨੌਕਰੀ ਨਾਲ ਸੱਚਾ ਰਹਿਣਾ ਚਾਹੀਦਾ ਜਿਹਨੂੰ ਜਿਹਨੂੰ ਨਹੀਂ ਆਉਂਦਾ ਇੱਕ ਵਾਰ ਸ਼ੇਅਰ ਤੇ ਲਾਈਕ ਜ਼ਰੂਰ ਕਰੋਗੇ ਸਰ ਦਿਲ ਤੇ ਹੱਥ ਰੱਖ ਕੇ ਕੌਣ ਹੈ ਜੀ ਪ੍ਰਵੀਨ सूद ਕਹਿੰਦੇ ਡੀਵੀ ਸਕੂਲ ਹੈ ਕਾਲਜ ਤਾਂ ਹੈ ਨਹੀਂ ਕੌਰ ਗੁਰੂ ਸ਼ੌਟ ਸੈਕਟਰ 10 ਡੀਵੀ ਚੰਡੀਗੜ੍ਹ ਬਹੁਤ ਵਧੀਆ ਕੀ ਬਾਤ ਹੈ ਜੀ ਬਿਲਕੁਲ ਸੀਬੀਆਈ ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਨਵੇਂ-ਨਵੇਂ ਡਾਇਰੈਕਟਰ ਬਣੇ ਨੇ ਕੌਣ ਪ੍ਰਵੀਨ ਸੂਦ ਸਾਹਿਬ ਕਹਿੰਦੇ ਡੀਵੀ ਸਕੂਲ ਹੈ ਕਾਲਜ ਤਾਂ ਹੈ ਨਹੀਂ ਚਲੋ ਬਹੁਤ ਵਧੀਆ ਜੀ ਰਗੂ ਸ਼ਿਰਨਾਵਸ ਨੇ ਇਹਨਾਂ ਨੇ ਕਿਹਨੂੰ ਰਿਪਲੇਸ ਕੀਤਾ ਲੈਫਟਨੈਂਟ ਜਨਰਲ ਰਜੀਵ ਚੌਧਰੀ ਨੂੰ ਰਿਪਲੇਸ ਕੀਤਾ ਧਿਆਨ ਰੱਖਣੀ ਗੱਲ ਅਗਲਾ ਇਸ ਤਰ੍ਹਾਂ ਇਸ ਹੱਥ 'ਚ ਕਿਨੇ 100% ਓਪਨ ਡੈਫੀਕੇਸ਼ਨ ਫ੍ਰੀ ਪਲੱਸ ਮਾਡਲ ਦਾ ਸਟੇਟਸ ਅਚੀਵ ਕਰ ਲਿਆ ਪਲੱਸ iPhone 15 iPhone 15 Plus iPhone 14 iPhone 14 Plus ਕਹਿੰਦੇ ਵੀ ਓਪਨ ਡੈਫੀਕੇਸ਼ਨ ਮਤਲਬ ਬਾਹਰ ਜੰਗਲ ਪਾਣੀ ਜਾਂਦਾ ਤਾਂ ਖਤਮ ਕਰਤਾ ਬਾਥਰੂਮ ਤਾਂ ਬਣਾਤੇ ਲੇਕਿਨ ਬਾਕੀ ਕਹਿੰਦੇ ਹੋਰ ਉੱਤੇ ਚਲੇ ਗਏ ਵਾਸ਼ ਬੇਸ਼ਨ ਤੁਸੀਂ ਮੂੰਹ ਧੋਂਦੇ ਹੋ ਬਰਸ਼ ਕਰਦੇ ਹੋ ਹੱਥ ਧੋਂਦੇ ਹੋ ਜਿਹੜਾ ਪਾਣੀ ਹੈ ਉਹ ਕਿੱਥੇ ਜਾਂਦਾ ਉਹਦੀ ਨਿਕਾਸੀ ਲਈ ਵੀ ਇਹਨਾਂ ਨੇ ਹਿਸਾਬ-ਕਿਤਾਬ ਲੱਭ ਲਿਆ ਕਹਿੰਦੇ ਕੁਝ ਵੀ ਤੁਸੀਂ ਕਬਰੇ ਘਰੇ ਬੈ ਕੇ ਆਪਣੇ ਕਿਚਨ 'ਚ ਤੁਸੀਂ ਗੰਡਾ ਛਿੱਲਦੇ ਹੋ ਛਿਲਕਾ ਸਿੱਟਦੇ ਹੋ ਉਹਦਾ ਵੀ ਨਿਕਾਸੀ ਲੱਭ ਲਈ ਤਾਂ ਜੰਮੂ ਕਸ਼ਮੀਰ ਦੀ ਗੱਲ ਹੋ ਰਹੀ ਹੈ ਵੈਰੀ ਇੰਪੋਰਟੈਂਟ ਜੰਮੂ ਕਸ਼ਮੀਰ ਦੇ ਐਲਜੀ ਦਾ ਨਾਂ ਕੀ ਹੈ ਲੈਫਟ ਮਨੋਜ सिन्हा ਅਗਲਾ ਇਹ ਸਵਾਲ ਨਹੀਂ ਬਣਾਇਆ ਬਸ ਪੀਟੀਆ ਯਾਨੀ ਕਿ ਪ੍ਰੈਸ ٹرسٹ ਆਫ ਇੰਡੀਆ ਦੇ ਨਵੇਂ ਪ੍ਰਧਾਨ ਬਣ ਚੁੱਕੇ ਨੇ ਇਲੈਕਟਿਡ ਚੇਅਰਮੈਨ ਬਣ ਚੁੱਕੇ ਨੇ ਕੇ ਐਨ ਸ਼ਾਂਤ ਕੁਮਾਰ ਅਗਲਾ ਰੁਈ ਜੀਆੰਗ ਝਾਂਗ ਨੂੰ 2023 ਦਾ ਸ਼ਸਤਰਾ ਰਾਮਨੂਜਨ ਪ੍ਰਾਈਜ਼ ਦਿੱਤਾ ਜਾ ਰਿਹਾ ਜੀ ਮੈਥਮੈਟਿਕਸ ਦੇ ਖੇਤਰ ਦੇ ਵਿੱਚ ਇਹਨੂੰ ਕਿੰਨੇ ਰੁਪਏ ਮਿਲਣਗੇ ਹਾਊ ਮੈਨੀ ਰੁਪਈਆਜ਼ ਵਿਲ ਹੀ ਗੈਟ ਨਾਲੇ ਲਾਈਕ ਫਿਰ ਵੀ ਨਹੀਂ ਕੀਤਾ ਆਨਸਰ ਆਏ ਸੀਗੇ ਇੰਨਿਆਂ ਦੇ ਲਾਈਕ ਉਤੋਂ ਵੀ ਘਟਾ ਗਏ ਕੀ ਕਰ ਰਹੇ ਹੋ ਯਾਰ ਆਪਣੇ ਨਾਲ ਵੀ ਸੱਚੇ ਨਹੀਂ ਰਹਿ ਸਕਦੇ ਤੁਸੀਂ ਯਾਰ ਹਾਂਜੀ ਸ਼ਾਬਾਸ਼ ਕਿੰਨੇ ਰੁਪਏ ਮਿਲੇ ਹੁਣੇ ਇੱਕ ਦਿਨ ਮਿਸ ਕਰੀ ਅੱਜ ਸਵਾਲ ਗਲਤ ਹੋ ਰਹੇ ਨੇ ਛੁਟਕੀ ਤਾਂ ਹੈ ਹੀ ਆ ਯਾਰ ਦੇਖੋ ਜੀ ਕਰੰਟ ਅਫੇਅਰ ਦਾ ਚੀਜ਼ ਹੀ ਇਹੋ ਜੀ ਆ ਯਾਰ ਡੇਲੀ ਨਮਾ ਇਹ ਕਿਹੜਾ ਪੰਜਾਬ ਜੀਕੇ ਕਿਹੜਾ ਮੈਥ ਹੈ ਕਿਹੜਾ ਰੀਜ਼ਨਿੰਗ ਹੈ ਕਿਹੜਾ ਇੰਗਲਿਸ਼ ਹੈ ਕਿਹੜਾ ਪੰਜਾਬੀ ਹੈ ਵੀ ਉਹੀ ਚੱਲੀ ਹੋਈ ਹੈ ਮੈਂ ਤਾਂ ਹਮੇਸ਼ਾ ਕਹਿੰਦਾ ਬੱਚੇ ਕਰੰਟ ਅਫੇਅਰ ਅੱਧਾ ਘੰਟਾ ਸਵੇਰੇ ਕੱਢ ਲਿਆ ਕਰੋ ਜ਼ਿਆਦਾ ਨਹੀਂ ਕਹਿੰਦਾ ਅੱਧੇ ਘੰਟੇ ਵਿੱਚ ਸਾਰੀ ਰਿਵੀਜ਼ਨ ਕਰਾ ਦੂੰਗਾ ਜ਼ਿੰਮੇਵਾਰੀ ਮੇਰੀ ਹੈ ਬਾਕੀ ਫਿਰ ਸਿਆਣੇ ਤਾਂ ਤੁਸੀਂ ਹੋਈਓ ਹੈਨਾ ਜਵਾਬ ਇਹਦਾ ਕਿ ਬਹੁਤ ਵਧੀਆ 10000 ਡਾਲਰ ਮਿਲੇ ਨੇ ਕਿਨੂੰ ਮਿਲੇ ਨੇ ਇਸ ਵਾਰ ਰੁਈਸ਼ਿਆੰਗ ਜਾਂਗ ਪਾਜੀ ਨੂੰ ਮਿਲੇ ਨੇ ਮੈਥਮੈਟਿਕਸ ਲਈ ਤੇ ਬਸ ਅਗਲਾ ਤੇ ਅਗਲਾ ਹਾਂਜੀ ਮੈਕਸਿਮਮ ਏਜ ਕਿੰਨੀ ਹੈ ਵੀ ਜੇ ਤੁਸੀਂ ਸ਼ਾਸਤ੍ਰ ਰਾਮਨੂਜਨ ਪ੍ਰਾਈਜ਼ ਜਿੱਤਣਾ ਚਾਹੁੰਦੇ ਹੋ ਤਾਂ ਜੀ ਸ਼ਾਸਤ੍ਰ ਰਾਮਨੂਜਨ ਪੁਰਸਕਾਰ ਪ੍ਰਾਪਤ ਕਰਨ ਲਈ ਵੱਧ ਤੋਂ ਵੱਧ ਉਮਰ ਕਿੰਨੀ ਹੈ ਮੈਂ ਦੱਸਿਆ ਜੀ ਤੁਹਾਨੂੰ ਤੁਹਾਨੂੰ ਕਿਉਂਕਿ ਇਹ ਜਿਹੜੇ ਰਾਮਨੂਜਨ ਸਾਹਿਬ ਨੇ ਸ਼੍ਰੀ ਨਿਵਾਜ਼ ਰਾਮਨੂਜਨ ਸਾਹਿਬ ਇਹਨਾਂ ਦਾ ਦੇਹਾਂਤ ਹੋ ਗਿਆ ਸੀਗਾ ਇਸ ਸਾਲ ਦੇ ਵਿੱਚ ਇਸ ਸਾਲ ਦੀ ਉਮਰ ਦੇ ਵਿੱਚ ਤਾਂ ਇਹਨਾਂ ਦੇ ਨਾਂ ਤੇ ਅਵਾਰਡ ਰੱਖਿਆ ਤੇ ਕਿਹਾ ਵੀ ਇਹਨਾਂ ਤੋਂ ਇਸ ਉਮਰ ਤੋਂ ਘੱਟ ਆਲੇ ਨੂੰ ਹੀ ਇਹ ਪੁਰਸਕਾਰ ਦਿੱਤਾ ਜਾਊਗਾ ਕਿਉਂਕਿ ਜਿਹੜਾ ਰਾਮਾਨੁਜਨ ਜੀ ਇਸ ਉਮਰ ਵਿੱਚ ਖੱਟ ਗਏ ਹੋਰ ਕੋਈ ਖੱਟ ਸਕਦਾ ਹੈ ਕਿ ਨਹੀਂ ਉਹ ਆਪਾਂ ਦੇਖਾਂਗੇ ਤਾਂ ਬਹੁਤ ਹੀ ਵਧੀਆ ਕਿਆ ਬਾਤ ਹੈ ਜੀ 32 ਤਾਂ ਜੀ 32 ইয়ার্স ਦੀ ਉਮਰ ਰੱਖੀ ਹੈ ਤਾਂ ਜੀ ਇਸ ਵਾਰ ਰੂਈ ਸਿਆੰਗ ਜਾੰਗ ਭਾਜੀ ਨੂੰ ਮਿਲਿਆ ਅਗਲਾ ਕਿਹੜੇ ਰਾਜ ਨੇ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ 15 ਨੁਕਾਤੀ ਵਿంటర్ ਐਕਸ਼ਨ ਪਲਾਨ ਦਾ ਖੁਲਾਸਾ ਕੀਤਾ ਹੈ ਹਰ ਸਾਲ ਦਾ ਹੈ ਹਰ ਸਾਲ ਇੱਕ ਇੰਟਰੈਕਸ਼ਨ ਪਲਾਨ ਆਉਂਦਾ ਹੈ ਹਰ ਸਾਲ ਫਿਰ ਪੋਲੂਸ਼ਨ ਹੋ ਜਾਂਦੀ ਹੈ ਫਿਰ ਕੁਝ ਬਹਾਨੇ ਲੱਭੇ ਜਾਂਦੇ ਨੇ ਦੇਖੋ ਯਾਰ ਉਹੀ ਗੱਲ ਹੈ ਸਰਕਾਰ ਕੋਈ ਵੀ ਹੋਵੇ ਹਰ ਚੀਜ਼ ਦੇਖੋ ਸਾਨੂੰ ਸਰਕਾਰ ਨੂੰ ਇਲਜ਼ਾਮ ਵੀ ਨਹੀਂ ਲਾਉਣੇ ਚਾਹੀਦੇ ਜੇ ਕੋਈ ਕਹਿ ਰਿਹਾ ਤੁਹਾਡੀ ਨਦੀਆਂ ਸਾਫ਼ ਕਰਾ ਦੂਗਾ ਐ ਤਾਂ ਹੈ ਨਹੀਂ ਚੁੱਟਕੀ ਬਜਾਈ ਤੇ ਹੋ ਗਿਆ ਹੈਨਾ ਜੇ ਮਾਨ ਸਾਹਿਬ ਨੇ ਕਿਹਾ ਵੀ ਮੈਂ ਨਸ਼ੇ ਖਤਮ ਕਰਾ ਦੂੰਗਾ ਤਾਂ ਐ ਤਾਂ ਹੁੰਦੇ ਨਹੀਂ ਖਤਮ ਹੈ ਕਿ ਨਹੀਂ ਜੇ ਕੋਈ ਕੋਈ ਵੀ ਕੁਝ ਵੀ ਕਹਿ ਰਿਹਾ ਮੈਂ ਗਰੀਬੀ ਦੂਰ ਕਰ ਦੂੰਗਾ ਐ ਤਾਂ ਹੁੰਦੇ ਨਹੀਂ ਗਰੀਬੀ ਦੂਰ ਟਾਈਮ ਲੱਗਦਾ ਤਾਹੀਂ ਬਸ ਉਹੀ ਗੱਲ ਕੋਸ਼ਿਸ਼ ਕਰ ਰਹੇ ਹੁਣ ਦਿੱਲੀ 'ਚ ਜਿੱਦਾਂ ਦਿੱਲੀ ਦੀ ਹੀ ਗੱਲ ਹੈ ਦਿੱਲੀ 'ਚ ਜਿੱਦਾਂ ਹੁਣ ਇਲੈਕਟ੍ਰਿਕ ਬੱਸਾਂ ਚੱਲ ਗਈਆਂ ਨੇ 2-2 ਕਰੋੜ ਦੀਆਂ ਇੱਕ ਸਮੋਗ ਗਨ ਸਮੋਗ ਗਨ ਹੈ ਵੀ ਕਹਿੰਦੇ ਜੀ ਹਵਾ 'ਚ ਉਹ ਮੌਇਸਚਰ ਸਿੱਟਦੀ ਹੈ ਪਾਣੀ ਸਿੱਟਦੀ ਹੈ ਜਿਸ ਦੇ ਨਾਲ ਪਾਣੀ ਸਾਫ਼ ਹੁੰਦਾ ਹੈ ਤਾਂ ਕੋਸ਼ਿਸ਼ ਹੀ ਕਰ ਸਕਦੇ ਆ ਦੇਖੋ ਯਾਰ ਹੁਣ ਅਸੀਂ ਜੀਓਗ੍ਰਾਫੀ ਦਾ ਬਦਲ ਨਹੀਂ ਸਕਦੇ ਵੀ ਦਿੱਲੀ ਨੂੰ ਚੱਕਿਆ ਕੱਟ ਕੀਤਾ ਤੇ ਥੱਲੇ ਨੂੰ ਪੇਸਟ ਕਰਤਾ ਹੈਨਾ ਉਹੀ ਹੈ ਬਸ ਚਲੋ ਧਿਆਨ ਰੱਖਣਾ ਜੀ ਦਿੱਲੀ ਵੈਰੀ ਇੰਪੋਰਟੈਂਟ ਅਗਲਾ ਤੇ ਵਿਨੇ ਕੁਮਾਰ ਸਖਸਨ ਇਹਨਾਂ ਦੇ ਲੈਫਟ ਹੈਂਡ ਗਵਰਨਰ ਅਗਲਾ ਅੰਤਰਰਾਸ਼ਟਰੀ ਬਜ਼ੁਰਗ ਦਿਵਸ ਕਦੋਂ ਮਨਾਇਆ ਜਾਂਦਾ ਹੈ ਮਨਾਇਆ ਤਾਂ ਜਾਂਦਾ ਮਤਲਬ ਆਬਜ਼ਰਵ ਕੀਤਾ ਜਾਂਦਾ ਹੈ ਅੰਤਰਰਾਸ਼ਟਰੀ ਬਜ਼ੁਰਗਾਂ ਦਾ ਦਿਵਸ ਅੰਤਰਰਾਸ਼ਟਰੀ ਬਜ਼ੁਰਗਾਂ ਦਾ ਦਿਵਸ ਕਦੋਂ ਆਬਜ਼ਰਵ ਕੀਤਾ ਜਾਂਦਾ ਹੈ ਤਾਂ ਇਹ ਕੀਤਾ ਜਾਂਦਾ ਬੱਚੇ 1 ਅਕਤੂਬਰ ਨੂੰ ਕਦੋਂ ਕੀਤਾ ਜਾਂਦਾ ਹੈ 1 ਅਕਤੂਬਰ ਨੂੰ ਕੀਤਾ ਜਾਂਦਾ ਹੈ ਵੈਰੀ 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 ਇੰਪੋਰਟੈਂਟ ਕੁਐਸਚਨ ਵੈਰੀ ਇੰਪੋਰਟੈਂਟ ਤਾਂ 1 ਅਕਤੂਬਰ ਤੇ ਥੀਮ ਵੀ ਸੀਗੀ ਇਹਦੀ ਕਹਿੰਦੇ ਜੀ ਬਹੁਤ ਵੱਡੀ ਥੀਮ ਸੀਗੀ ਆ ਦੇਖੋ ਜੀ ਚਲੋ ਇੰਟਰਨੈਸ਼ਨਲ ਡੇ ਆਫ ਨਾਨ ਵਾਇਲੈਂਸ ਯਾਨੀ ਕਿ ਅੰਤਰਰਾਸ਼ਟਰੀ ਅਹਿੰਸਾ ਦਿਵਸ ਕਦੋਂ ਮਨਾਇਆ ਜਾਂਦਾ ਹੈ ਅੰਤਰਰਾਸ਼ਟਰੀ ਅਹਿੰਸਾ ਦਿਵਸ ਕਦੋਂ ਮਨਾਇਆ ਜਾਂਦਾ ਹੈ ਤਾਂ ਜਵਾਬ ਕੀ ਹੋ ਜੂ ਇਹਦਾ ਇਹ ਜਵਾਬ ਹੋ ਜਾਂਦਾ ਸਭ ਨੂੰ ਪਤਾ ਵੀ 2 ਅਕਤੂਬਰ ਨੂੰ ਹੁੰਦੀ ਗਾਂਧੀ ਜਯੰਤੀ ਤੇ ਗਾਂਧੀ ਜਯੰਤੀ ਵਾਲੇ ਦਿਨ ਹੀ ਇਹ ਵਾਲਾ ਮਨਾਇਆ ਜਾਂਦਾ ਹੈ ਵੈਰੀ 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 ਇੰਪੋਰਟੈਂਟ ਬਿਲਕੁਲ ਪਹਿਲਾ ਗਾਂਧੀ ਜੀ ਬਜ਼ੁਰਗ ਹੋਏ ਅਗਲੇ ਦਿਨ ਪੈਦਾ ਹੋ ਗਏ ਹੈਨਾ ਤਾਂ ਬਿਲਕੁਲ ਧਿਆਨ ਰੱਖਣਾ ਜੀ ਅਕਤੂਬਰ 2 ਇਹਦੀ ਕੋਈ ਥੀਮ ਕੋਈ ਥੀਮ ਨਹੀਂ ਅਗਲਾ ਵਰਲਡ ਹੈਬੀਟੇਟ ਡੇ ਮਰ ਕਦੋਂ ਮਨਾਇਆ ਜਾਂਦਾ ਹੈ ਯਾਨੀ ਕਿ ਵਿਸ਼ਵ ਨਿਵਾਸ ਦਿਵਸ ਵੀ ਹਰ ਕਿਸ ਨੂੰ ਰਹਿਣ ਦੀ ਆਜ਼ਾਦੀ ਹੈ ਉਹਨੂੰ ਸਾਫ਼ ਐਨਵਾਇਰਨਮੈਂਟ ਦਾ ਹੱਕ ਹੈ ਜਿਦਾ ਰਾਈਟ ਟੂ ਇੰਟਰਨੈਟ ਪਤਾ ਤੁਹਾਨੂੰ ਤੁਹਾਡਾ ਕੋਈ ਇੰਟਰਨੈਟ ਨਹੀਂ ਛੀਨ ਸਕਦਾ ਜੇ ਤੁਹਾਡਾ ਕੋਈ ਇੰਟਰਨੈਟ ਛਿੰਦਾ ਹੈ ਤਾਂ ਤੁਸੀਂ ਉਹਦੇ ਉੱਤੇ ਕੇਸ ਕਰ ਸਕਦੇ ਪਤਾ ਤੁਹਾਨੂੰ ਇਹਦੇ ਬਾਰੇ ਤਾਂ ਉਹਦਾ ਰਾਈਟ ਟੂ ਬੀ ਫੋਰਗੋਟਨ ਤੁਹਾਡਾ ਕੋਈ ਮੰਨ ਲਓ ਤੁਹਾਡੇ ਬਾਰੇ ਕਿਸ ਨੇ ਨਿਊਜ਼ ਆਰਟੀਕਲ ਲਿਖਤਾ ਖੁਦ ਦੀ ਕੋਈ ਫੋਟੋ ਅਪਲੋਡ ਕਰਤੀ ਕਿਸ ਨੇ ਤੁਸੀਂ ਕੇਸ ਕਰ ਸਕਦੇ ਹੋ ਕਿ ਮੈਥੋ ਪੁੱਛੇ ਬਿਨਾ ਤੂੰ ਕਿੱਦਾਂ ਪਾਤੀ ਰਾਈਟ ਟੂ ਬੀ ਫੋਰਗੋਟਨ ਹੈ ਤੁਹਾਡੇ ਕੋਲ ਬਹੁਤ ਵਧੀਆ ਵਧੀਆ ਰਾਈਟਸ ਨੇ ਅੰਦਰ ਆਰਟੀਕਲ 19 ਐਂਡ ਅੰਡਰ ਆਰਟੀਕਲ ਸੌਰੀ ਅੰਡਰ ਆਰਟੀਕਲ 21 ਬਹੁਤ ਵਧੀਆ ਵਧੀਆ ਕਦੇ ਨਾ ਪੜਿਓ ਹਾਈ ਕੋਰਟ ਲਿਖਿਓ ਤੇ ਲਿਖਿਓ ਆਰਟੀਕਲ 21 ਹਾਈ ਕੋਰਟ ਆਰਟੀਕਲ 21 ਲਿਖਿਓ ਤਾਂ ਦੇਖਿਓ ਕਿੰਨੇ ਸਾਰੇ ਆਰਟੀਕਲ ਆ ਜਾਣਗੇ ਤੁਸੀਂ ਵੀ ਹੈਰਾਨ ਹੋ ਜਾਓਗੇ ਹੱਕੇ ਬੱਕੇ ਕਿ ਇਹ ਸਭ ਵੀ ਹੁੰਦਾ ਬਿਲਕੁਲ ਵਰਲਡ ਹੈਬਿਟੈਟ ਡੇ ਵੀ ਤੇ ਇੱਕ ਹੋਰ ਵੈਨ ਇਜ਼ ਦਾ ਵਰਲਡ ਨੋ ਐਲਕੋਹਲ ਡੇ ਅਬਜ਼ਰਵਡ ਕਹਿੰਦੇ ਵਿਸ਼ਵ ਸ਼ਰਾਬ ਰਹਿਤ ਦਿਵਸ ਕਦੋਂ ਮਨਾਇਆ ਜਾਂਦਾ ਹੈ ਹਾਂਜੀ ਹਾਂਜੀ ਸ਼ਾਬਾਸ਼ ਤਾਂ ਬਿਲਕੁਲ ਠੀਕ ਹੈ ਜੀ ਜਵਾਬ ਬਿਲਕੁਲ ਅਕਤੂਬਰ 2 ਨੂੰ ਹੀ ਹੁੰਦਾ ਜੀ ਅਗਲਾ ਆ ਮੈਂ ਕਿਹਾ ਸੀ ਅਚ ਸਿਰੇ ਰਿਵੀਜ਼ਨ ਹੀ ਹੋ ਗਈ ਕਿਉਂਕਿ ਦੋ ਦਿਨ ਦੀ ਰਿਵੀਜ਼ਨ ਇਕੱਠੀ ਹੋ ਗਈ ਸੀ ਹੈਨਾ ਕੋਈ ਗੱਲ ਨਹੀਂ ਯਾਰ ਕੱਲ ਕਰ ਲੈਾਂ ਕਰੰਟ ਅਫੇਅਰ ਕਿੱਡੀ ਗੱਲ ਹੈ ਅਗਲਾ ਜੀ ਕਿੱਧਰ ਦੇ ਅਨਿਵਾਸ਼ ਅਵਿਨਾਸ਼ ਸਾਬਲੇ ਨੇ ਜਿੱਤਿਆ ਜੀ 골ਡ ਮੈਡਲ ਇਨ ਮੁੰਡਿਆਂ ਦਾ 3000 ਮੀਟਰ ਸਟਿੱਪਲ ਚੇਜ਼ ਐਟ ਦਾ 19th ਏਸ਼ੀਅਨ ਗੇਮਸ ਸਟਿੱਪਲ ਚੇਜ਼ ਕਰਕੇ ਇੱਕ ਟੂਰਨਾਮੈਂਟ ਇੱਕ ਖੇਡ ਹੁੰਦਾ ਹੈ ਉਹਦੇ ਵਿੱਚ ਭੱਜੇ ਭਾਜੀ ਅਵਿਨਾਸ਼ ਭਾਜੀ ਭੱਜੇ ਤੇ ਅਵਿਨਾਸ਼ ਭਾਜੀ ਇਸ ਫਰੋਮ ਅਵਿਨਾਸ਼ ਭਾਜੀ ਇਸ ਫਰੋਮ ਮਹਾਰਾਸ਼ਟਰ ਚਲੋ ਬਹੁਤ ਵਧੀਆ ਜੀ ਅਗਲਾ ਤਾਂ ਅਵਿਨਾਸ਼ ਭਾਜੀ ਇਸ ਫਰੋਮ ਮਹਾਰਾਸ਼ਟਰ ਅਗਲਾ ਕਿਧਰ ਦੇ ਤੇ ਜਿੰਦਰਪਾਲ ਸਿੰਘ ਤੂਰ ਨੇ ਸ਼ਾਰਟ ਪੁੱਟ ਵਿੱਚ 골ਡ ਮੈਡਲ ਦਿੱਤੇ ਆ ਜੀ ਇਸ ਏਸ਼ੀਅਨ ਗੇਮਸ ਵਿੱਚ ਇਹ ਤੋਂ ਪਿਛਲੀ ਏਸ਼ੀਅਨ ਗੇਮਸ ਵਿੱਚ ਜਿੱਤੇ ਸੀਗੇ ਤਾਂ ਐਦਾਂ ਕਰਨ ਵਾਲੇ ਭਾਰਤ ਵੱਲੋਂ ਚੌਥੇ ਸ਼ਾਰਟ ਪੁੱਟਰ ਬਣ ਚੁੱਕੇ ਨੇ ਜਿਨ੍ਹਾਂ ਨੇ ਬੈਕ ਟੂ ਬੈਕ 골ਡ ਮੈਡਲ ਜਿੱਤੇ ਜਿਹੜਾ ਆਪਣਾ ਜਿਹੜਾ 골ਡ ਮੈਡਲ ਹੈ ਉਹਨੂੰ ਡਿਫੈਂਡ ਕੀਤਾ ਤਾਂ ਚੌਥੇ ਬਣ ਚੁੱਕੇ ਨੇ ਇਹੋ ਜੇ ਤੇ ਤਜਿੰਦਰਪਾਲ ਸਿੰਘ ਤੂਰ ਭਾਜੀ ਕਿੱਥੋਂ ਨੇ ਭਾਜੀ ਇਸ ਫਰੋਂ ਮੋਗਾ ਵੈਰੀ ਇੰਪੋਰਟੈਂਟ ਮੈਂ ਦੁਬਾਰੇ ਦੱਸ ਰਿਹਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਿੰਨ ਵੀਡੀਓ ਬਹੁਤ ਇੰਪੋਰਟੈਂਟ ਨੋਬਲ ਪ੍ਰਾਈਜ਼ ਹਮੇਸ਼ਾ ਸਵਾਲ ਆਂਦਾ ਹੈ ਏਸ਼ੀਅਨ ਗੇਮਸ ਪੱਕਾ ਆਊਗਾ ਤੇ ਪੰਜਾਬੀ ਜਿਹੜੇ ਗਏ ਨੇ ਏਸ਼ੀਅਨ ਗੇਮਸ ਵਿੱਚ ਇਹਨਾਂ ਬਾਰੇ ਵੀ ਸਵਾਲ ਬਣਨਗੇ ਉਹਨਾਂ ਨੇ ਕਿਹੜੇ 골ਡ ਜਿੱਤੇ ਕਿਹੜੇ ਸਿਲਵਰ ਜਿੱਤੇ ਕਿਹੜੇ ਬ੍ਰੌਂਜ਼ ਜਿੱਤੇ ਇਹਨਾਂ ਬਾਰੇ ਸਾਨੂੰ ਪੜਨਾ ਪਊਗਾ ਤਾਂ ਚੈਨਲ ਸਬਸਕ੍ਰਾਈਬ ਕਰ ਲਓ ਬਾਅਦ ਵਿੱਚ ਨਾ ਦੱਸਿਓ ਕਿ ਸਰ ਦੱਸਿਆ ਨਹੀਂ ਸੀ ਸਾਰਾ ਸੀ ਤਾਂ ਕੀਤਾ ਨਹੀਂ ਅਗਲਾ ਤਾਂ ਤੂਰਪਾ ਜੀ ਬਹੁਤ ਵਧੀਆ ਭਾਜੀ ਗਾ ਪਾਤਾ ਭਾਜੀ ਨੇ ਅਗਲਾ ਤਾਂ ਇਹਦੇ ਬਾਰੇ ਕੋਈ ਸਵਾਲ ਨਹੀਂ ਬਣਾਇਆ ਜੀ ਇੱਕ ਹਾਂ ਇੱਕ ਮੈਂ ਤੁਹਾਡੇ ਕੋਲ ਇੱਕ ਹੈਲਪ ਚਾਹੁੰਦਾ ਯਾਰ ਤਾਂ ਜਿੱਦਾਂ ਏਸ਼ੀਅਨ ਗੇਮਸ ਵਿੱਚ ਮੈਂ ਦੱਸਿਆ ਤੁਹਾਨੂੰ ਇਹ 트ੈਪ ਇਹ ਵਾਲਾ ਜਿਹੜਾ ਇਵੈਂਟ ਹੁੰਦਾ ਹੈ ਤਾਂ ਇਹਦੇ ਵਿੱਚ ਪ੍ਰਿਥਵੀ ਰਾਜ ਟੋਂਡੇਮਨ ਕੇਨਨ ਚੇਨਈ ਤੇ ਜ਼ੁਰਾਵਰ ਸਿੰਘ ਸੰਧੂ ਨੇ ਵੀ 골ਡ ਮੈਡਲ ਜਿੱਤਿਆ ਸੰਧੂ ਭਾਜੀ 47 ਸਾਲਾਂ ਦੇ ਨਿਕ ਤਾਂ ਬਹੁਤ ਹੀ ਕਿਆ ਬਾਤ ਹੈ ਯਾਰ 47 ਸਾਲਾਂ ਦੀ ਉਮਰ ਜੀ ਮਤਲਬ ਕਹਿ ਸਕਦੇ ਆਪਾਂ ਵਨ ਆਫ ਦਾ 올ਡੇਸਟ ਐਥਲੀਟਸ ਨੇ ਉੱਥੇ ਕੋਈ ਬੰਦ ਦੱਸ ਸਕਦਾ ਹੀ ਇਸ ਫਰੋਂ ਕਿੱਥੋਂ ਨੇ ਇਹ ਕਿਉਂਕਿ ਮੈਂ ਜੂਗਲ ਕਰੀ ਜਾਂਦਾ ਸੀ ਬਲਕਿ ਸਵੇਰੇ ਉੱਠ ਕੇ ਵੀ ਮੈਂ ਦੇਖਿਆ ਜ਼ੁਰਾਵਰ ਸਿੰਘ ਸੰਧੂ ਪਾਜੀ ਬਾਰੇ ਬਟ ਮਿਲਿਆ ਨਹੀਂ ਮੈਨੂੰ ਕਿਤੇ ਤਾਂ ਪਲੀਜ਼ ਕੋਈ ਜੇ ਚੈੱਕ ਕਰ ਸਕੇ ਕਿ ਜੀ ਜ਼ੁਰਾਵਰ ਸਿੰਘ ਸੰਧੂ ਕਿੱਥੋਂ ਨੇ ਇੱਕ ਵਾਰ ਕਮੈਂਟ ਕਰਕੇ ਜਰੂਰ ਦੱਸ ਦਿਓ ਤੁਹਾਡੇ ਲਈ ਵੀ ਹੈਲਪਫੁਲ ਹੋਗਾ ਮੇਰੇ ਲਈ ਵੀ ਬੜਾ ਹੈਲਪਫੁਲ ਹੋ ਜਾਏਗਾ ਸਾਰੇ ਸਾਰੇ ਲਈ ਬਲਕਿ ਹੈਲਪਫੁਲ ਹੋ ਜਾਊਗਾ ਹੈਨਾ ਹਾਂ ਪਲੀਜ਼ ਇੱਕ ਵਾਰ ਦੱਸਿਓ ਜੀ ਜ਼ੁਰਾਵਰ ਸਿੰਘ ਸੰਧੂ ਪਾਜੀ ਕਿੱਥ ਇਸ ਕੁਆਸ਼ ਬਾਰੇ ਆਪਾਂ ਜਿੱਤਿਆ ਸੀਗਾ ਤੇ ਇਹ ਰੋਹਨ ਬੋਪੰਨਾ ਤੇ ਰਤੂਜਾ ਭੋਸਲੇ ਇਹਨਾਂ ਨੂੰ ਪਾਪਰ ਪੜਾਂਗੇ ਡਿਟੇਲ ਚ ਬਹੁਤ ਮੈਡਲ ਹੋ ਗਏ ਨੇ ਇੱਕ ਕਰਕੇ ਚੱਲਦੇ ਆ ਇਹਨੂੰ ਕਰਕੇ ਆਪਾਂ ਰੈਪ ਅਪ ਕਰਦੇ ਆ ਅੱਜ ਦੀ ਕਲਾਸ ਤਾਂ ਦੇਖੋ ਜੀ ਨੀਰਜ ਚੋਪੜਾ ਨੇ ਫਿਰ ਤੋਂ 골ਡ ਮੈਡਲ ਜਿੱਤ ਲਿਆ ਨੀਰਜ ਚੋਪੜਾ ਦੇ ਤੁਸੀਂ ਛੋਡੇ ਤੋਂ ਕੋਈ ਪੁੱਛੇ ਨਾ ਕਿ ਇੰਡੀਆ ਦਾ ਸਭ ਤੋਂ ਵਧੀਆ ਸਪੋਰਟਸ ਪਰਸਨ ਕੌਣ ਹੈ ਤਾਂ ਵਿਰਾਟ ਕੋਹਲੀ ਨਾ ਕਹਦੇ ਹੋ ਗਲਤੀ ਤੋਂ ਵੀ ਨਾ ਸਚਿੰਦਨ ਦੰਦुलकर ਕਹਦੇ ਹੋ ਨੀਰਜ ਚੋਪੜਾ ਨੀਰਜ ਚੋਪੜਾ ਹੈ ਉਹ ਏਸ਼ੀਅਨ ਗੇਮਸ ਕਾਮਨਵੈਲਥ ਵਰਲਡ ਐਟ ਚੈਂਪੀਅਨਸ਼ਿਪ 올림픽ਸ ਡਾਇਮੰਡ ਲੀਗ ਮਤਲਬ ਤੁਸੀਂ ਆਪਣੇ ਮੂੰਹ ਤੋਂ ਕੋਈ ਟੂਰਨਾਮੈਂਟ ਦੱਸੋ ਜਿਹਦੇ ਵਿੱਚ ਜੈਵਲਿਨ ਥਰੋ ਹੁੰਦਾ ਹੈ ਤੇ ਉਹਦੇ ਵਿੱਚ ਮੁੰਡਾ ਇਹ 골ਡ ਮੈਡਲ ਲੈ ਕੇ ਆ ਚੁੱਕਾ ਹੈ ਏਸ਼ੀਅਨ ਗੇਮਸ ਵਿੱਚ ਤਾਂ ਦੂਜੀ ਵਾਰ 골ਡ ਮੈਡਲ ਲੈ ਕੇ ਆ ਚੁੱਕਾ ਹੈ ਕਈ ਕਹਿੰਦੇ ਨੇ ਕਿ ਮਿਲਖਾ ਸਿੰਘ ਪੀਟੀਓ ਸ਼ਾ ਬਿਲਕੁਲ ਗੁੱਡ ਐਥਲੀਟਸ ਇਸ ਲੈਵਲ ਦੇ ਕਦੇ ਵੀ ਨਹੀਂ ਗਏ ਉਹ ਵੀ ਮਿਲਖਾ ਸਿੰਘ ਜੀ ਦਾ 올림픽ਸ ਵਿੱਚ 골ਡ ਮੈਡਲ ਨਹੀਂ ਆਇਆ ਕਦੇ ਵੀ पीटी उषा जी ਵੀ ਇੰਨਾ ਜਿਆਦਾ ਫੇਮਸ ਇੰਨਾ ਜਿਆਦਾ ਸাকसेसਫੁਲ ਨਹੀਂ ਹੋਏ ਫਿਰ ਕੋਈ ਕਹਿੰਦਾ ਮੇਜਰ ਧਿਆਨ ਚੰਦ ਬਹੁਤ ਵਧੀਆ ਗੱਲ ਹੈ ਜੀ ਬਟ ਉਹ ਟੀਮ ਇਵੈਂਟ ਹੋ ਗਿਆ ਨਾਲੇ ਲੇਕਿਨ 올림픽ਸ ਤੇ ਵਰਲਡ ਕੱਪ ਦੀ ਗੱਲ ਹੈ ਉਹ ਉਹਨਾਂ ਨੇ ਵੀ ਜਦੋਂ ਉਸ ਟਾਈਮ ਹਾਕੀ ਟੀਮ ਸੀ ਉਹਨਾਂ ਨੇ ਵੀ ਸਭ ਕੁਝ ਨਹੀਂ ਜਿੱਤਿਆ ਇਹ ਬਾਈ ਨੇ ਤਾਂ ਐਂ ਕੀਤਾ ਪੋਚਾ ਚੱਕਿਆ ਇਹਨਾਂ ਜਿਨ੍ਹਾਂ ਕਿਤਾ ਉਹ ਜਿਨ੍ਹਾਂ ਦੂਰ ਤੱਕ ਜਾਂਦਾ ਹੈ ਨਾ ਉਹ ਜਿਨ੍ਹਾਂ ਦੂਰ ਤੱਕ ਜਾਂਦਾ ਉਹਨਾਂ ਦੂਰ ਤੱਕ ਪੋਚਾ ਫੇਰ ਚੁੱਕਿਆ ਬੰਦਾ ਇਹ ਤਾਂ ਯਾਰ ਹੈਟਸ ਆਫ ਯਾਰ ਨੀਰਜ ਚੋਪੜਾ ਨੂੰ ਬਿਲਕੁਲ ਬਿਲਕੁਲ ਯਾਰ ਹਰਪ੍ਰੀਤ ਬਾਜੀ ਹਰਪ੍ਰੀਤ ਬਿਲਕੁਲ ਆਰਮੀ ਮੈ ਹਜੇ ਵੀ ਸਰਵ ਕਰਦੇ ਨੇ ਤਾਂ ਨੀਰਜ ਚੋਪੜਾ 골ਡ ਮੈਡਲ ਜਿੱਤ ਲਿਆ ਆਓ ਜੀ ਸਿਰਾਕਮ ਇਸ ਵਾਰ ਤਾਂ ਇਹ ਲੱਗੇ সিলਵਰ ਮੈਡਲ ਵੀ ਆਪਣਾ ਹੀ ਆ ਤਾਂ ਜੀ ਦੇਖੋ ਜੀ ਭਾਰਤ ਨੇ 19ਵੀਆਂ ਏਸ਼ੀਆਈ ਖੇਡਾਂ ਵਿੱਚ ਜੈਵਲਿਨ ਵਿੱਚ ਸੋਨੇ ਅਤੇ ਚਾਂਦੀ ਦੋਨੇ ਤਗਮੇ ਜਿੱਤਲੇ ਉੜੀਸ਼ਾ ਦੇ ਕਿਸ਼ੋਰ ਜੈਨਾ ਨੇ 87.54 ਮੀਟਰ ਦੇ ਨਾਲ ਚਾਂਦੀ ਦਾ ਤਗਮਾ ਜਿੱਤਿਆ ਤੇ ਚੋਪੜਾ ਸਾਹਿਬ ਨੇ 88.88 ਮੀਟਰ ਦੇ ਨਾਲ 골ਡ ਮੈਡਲ ਜਿੱਤਿਆ ਕੀ ਬਾਤ ਹੈ ਜੀ ਮਤਲਬ ਉੱਥੇ ਤਾਂ ਸਿਰ ਅਸੇ ਰਸੀ ਰਸੀ ਅਗ ਅਗ ਲਾਈ ਹੋਈ ਹੈ ਬਹੁਤ ਵਧੀਆ ਇੰਪੋਰਟੈਂਟ ਹੈ ਜੀ 3rd ਕੌਣ ਆਇਆ ਜੀ ਕੀ ਪਤਾ ਪੁੱਛ ਲਵਾਂ ਤੁਹਾਡੇ ਕੋਲ ਜਾਪਾਨੀ ਆਇਆ ਇੱਕ ਤੇ ਉਦਾਂ ਹੀ ਮੈਂ ਇੱਕ ਸ਼ਾਰਟ ਵੀਡੀਓ ਵੀ ਬਣਾਈ ਸੀਗੀ ਤੇ ਹੁਣ ਜਦੋਂ ਜੈਵਲਿਨ ਥਰੋ ਦਾ ਨਾਂ ਆਊਗਾ ਤਾਂ ਕੱਲਾ ਨੀਰਜ ਚੋਪੜਾ ਦਾ ਨਾਂ ਨਹੀਂ ਆਊਗਾ ਇੱਕ ਨੀਰਜ ਚੋਪੜਾ ਦਾ ਆਇਆ ਕਰੂਗਾ ਇੱਕ ਕਿਸ਼ੋਰ ਜੈਨਾ ਦਾ ਆਇਆ ਕਰੂਗਾ ਤੇ ਤੀਜਾ ਨਾਂ ਆਇਆ ਕਰੂਗਾ ਅਨੂ ਰਾਣੀ ਦਾ ਅਨੂ ਰਾਣੀ ਦਾ ਨਾਂ ਆਇਆ ਕਰੂਗਾ ਇਹ ਪਹਿਲੀ ਭਾਰਤੀ ਔਮਨ ਬਣ ਚੁੱਕੀ ਹੈ ਜਿਨੇ ਏਸ਼ੀਅਨ ਗੇਮਸ ਦੇ ਵਿੱਚ ਜੈਵਲਿਨ ਦੇ ਵਿੱਚ 골ਡ ਮੈਡਲ ਜਿੱਤਿਆ ਹੈ ਧਿਆਨ ਰੱਖਣਾ ਨੀਰਜ ਚੋਪੜਾ ਹਰਿਆਣਾ ਦੇ ਤੋਂ ਕਿਸ਼ੋਰ ਜਨਾਂ 오ਡੀਸ਼ਾ ਤੋਂ ਤੇ ਅਨੁਰਾਣੀ ਫ੍ਰॉम ਮੇਰਟ ਉੱਤਰ ਪ੍ਰਦੇਸ਼ ਆ ਪੜਦੇ ਆ ਜੀ ਤਾਂ ਬੀਬੀ ਨੇ ਕਹਿੰਦੇ 62.92 ਮੀਟਰ ਸਿੱਟ ਕੇ 골ਡ ਲਿਆ ਦੂਜੇ ਨੰਬਰ ਤੇ ਸ਼੍ਰੀਲੰਕਾ ਦੀ ਕੋਈ ਰਹਿ ਗਈ ਤੀਜੇ ਨੰਬਰ ਤੇ ਚਾਈਨਾ ਦੀ ਕੋਈ ਰਹਿ ਗਈ ਤੇ ਚੱਲੇ ਖੋਰ ਕਰ ਲੈਨੇ ਹੁਣ ਕਰੀ ਲਿਆ ਨਾ ਸੀਮਾ ਪੁੰਨਿਆ ਜੀ 40 ইয়ার্স ਦੀ ਉਮਰ ਦੇ ਵਿੱਚ ਭਾਰਤ ਦੀ ਸਭ ਤੋਂ 올ਡੇਸਟ ਵੂਮਨ ਬਜ਼ੁਰਗ ਵੂਮਨ ਬਣ ਚੁੱਕੀਆਂ ਨੇ ਜਿਨੇ 골ਡ ਮੈਡਲ ਸੌਰੀ ਜਿਨੇ ਮੈਡਲ ਜਿੱਤੇ ਆਸ਼ੀਆਨ ਗੇਮਸ ਵਿੱਚ ਇਹਨਾਂ ਨੇ ਜਿੱਤਿਆ ਜੀ ਇੱਕ ਬ੍ਰੌਂਜ਼ ਮੈਡਲ ਉਹ ਡਿਸਕਸ thro ਐ ਘੁੰਮਦੇ ਨੇ ਐ ਕਰਕੇ ਐ ਸਿੱਟ ਦਿੰਦੇ ਨੇ ਫਿਰ ਉਹ ਵਾਲਾ ਖੇਡ ਹੈ ਜੀ ਇਹਨਾਂ ਦਾ ਤਾਂ ਪਹਿਲੀ ਤੇ ਦੂਜੀ ਚੀਨ ਦੀ ਆਈਆਂ ਤੀਜੇ ਨੰਬਰ ਤੇ ਆਪਣੀ ਵਾਲੀ ਸੀਮਾ ਭੰਜੀ ਆ ਗਈ 58.62 ਮੀਟਰ ਸ਼ੀ ਇਜ਼ ਫਰਮ ਸੋਨੀਪਤ ਹਰਿਆਣਾ ਠੀਕ ਹੈ ਜੀ ਪੇਪਰ 'ਚ ਦੇਖੋ ਇਹਨਾਂ ਬਾਰੇ ਸਵਾਲ ਕੀ ਮੰਨਣਗੇ ਮੈਂ ਤੁਹਾਨੂੰ ਵੈਸੇ ਦੱਸ ਦਿੰਦਾ ਕਿ ਕਿਹਨੇ 골ਡ ਮੈਡਲ ਜਿੱਤੇ ਬੇਸਿਕਲੀ ਸਵਾਲ ਗੱਲ ਹੈ ਪਹਿਲਾ ਸਵਾਲ ਆਪਣੇ ਕੋਲ ਸਿਰਫ 골ਡ ਮੈਡਲ ਦਾ ਹੀ ਆਊਗਾ ਸਿਲਵਰ ਤੇ ਬ੍ਰੌਨਜ਼ ਨਹੀਂ ਪੁੱਛਿਆ ਜਾਂਦਾ ਕਿਉਂਕਿ ਬਹੁਤ ਸਾਰੇ ਹੋ ਜਾਂਦੇ ਨੇ ਤਾਂ ਕਿਹਨੇ ਮੈਡਲ ਜਿੱਤੇ ਆ ਜੀਨੇ ਮੈਡਲ ਜਿੱਤੇ ਆ ਉਹ ਕਿੱਥੋਂ ਹੈ ਤੇ ਕੋਈ 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 ਜਿੱਦਾਂ ਕਿ ਨਿਰਜ ਚੋਪੜਾ ਦਾ ਕੇਸ ਹੋ ਗਿਆ ਵੀ ਕਿੰਨੀ ਦੂਰ ਸਿੱਟਿਆ ਸੀ ਇਹਨੇ ਇਹੋ ਜਿਹੇ ਸਵਾਲ ਹੋ ਜਾਂਦੇ ਨੇ ਪਹਿਲਾ ਮੈਡਲ ਭਾਰਤ ਦਾ ਕਿਹੜੇ ਚ ਆਇਆ ਪਹਿਲਾ 골ਡ ਮੈਡਲ ਭਾਰਤ ਦਾ ਕਿਹੜੇ ਚ ਆਇਆ ਲਾਸਟ ਮੈਡਲ ਭਾਰਤ ਦਾ ਕਿਹਦੇ ਚ ਆਇਆ ਲਾਸਟ 골ਡ ਮੈਡਲ ਭਾਰਤ ਦਾ ਕਿਹਦੇ ਚ ਆਇਆ 올ਡੇਸਟ वूमेन ਕੌਣ ਹੈ 올ਡੇਸਟ ਕੌਣ ਸੀਗਾ ਇਸ ਵਾਰ ਜਿਨੇ ਮੈਡਲ ਦਿੱਤੇ ਆ ਤੇ ওপਨਿੰਗ ਸੈਰੇਮਨੀ ਦੇ ਵਿੱਚ ਝੰਡਾ ਕਿਨੇ ਚੱਕਿਆ ਸੀ ਕਲੋਜ਼ਿੰਗ ਸੈਰੇਮਨੀ ਦੇ ਵਿੱਚ ਕੌਣ ਚੱਕੂਗਾ ਤੇ ਇਹੀ ਸਾਰੀਆਂ ਚੀਜ਼ਾਂ ਆਪਣੇ ਕੋਲ ਇੰਪੋਰਟੈਂਟ ਹੋਣਗੀਆਂ ਉਹਦੇ ਉੱਤੇ ਪ੍ਰੋਪਰ ਇੱਕ ਸੈਸ਼ਨ ਤੁਹਾਡੇ ਲਈ ਆਊਗਾ ਲੇਕਿਨ ਸੈਸ਼ਨ ਦੇ ਨਾਲ ਨਾਲ YouTube ਤੇ ਜੁੜੇ ਹੋਏ ਹੋ ਪੇਡ ਵਿੱਚ ਜੁੜ ਸਕਦੇ ਹੋ ਤਾਂ ਮੈਂ ਬਾਰ-ਬਾਰ ਬੱਚੇ ਨਖੂੰਗਾ ਜੇ ਅਫੋਰਡ ਕਰ ਸਕਦੇ ਹੋ ਤਾਂ ਜਰੂਰ ਕਰਿਆ ਕਰੋ ਕਿਉਂਕਿ ਸਿੱਧੀ ਜੀ ਗੱਲ ਹੈ ਕਰੰਟ ਅਫੇਅਰ ਤਾਂ ਦੇਖੋ ਚਲੋ ਸੇਮ ਨੇ ਕਰੰਟ ਅਫੇਅਰ ਇੱਥੇ ਮੈਂ ਇਹ ਕਰਾ ਦੇਣਾ ਉੱਥੇ ਤੁਹਾਨੂੰ ਸਪੈਸ਼ਲ ਕੀ ਚੀਜ਼ ਮਿਲਦੀ ਹੈ ਤੁਹਾਨੂੰ ਪਰਸਨਲਾਈਜ਼ ਤੁਹਾਡੇ ਵਾਲੀ ਇੱਕ PDF ਮਿਲਦੀ ਹੈ ਪ੍ਰੋਪਰ ਜਿਹੜੀ ਉਹ PDF ਜਿਹਦੇ ਵਿੱਚ ਪੂਰੇ ਮਹੀਨੇ ਦੇ 50 ਤੋਂ 60 ਪੇਜ ਦੇ ਵਿੱਚ ਥਿਉਰੀ ਪਲੱਸ ਕੁਐਸਚਨ ਆਨਸਰ ਹੁੰਦੇ ਨੇ ਤੇ ਉਹ ਪੀਡੀਐਫ ਤੁਹਾਨੂੰ ਵੀ ਪਤਾ ਮੈਨੂੰ ਵੀ ਪਤਾ ਹੈ ਪੰਜਾਬ ਚ ਬਾਕੀ ਇਧਰ ਉਧਰ ਪੂਰਾ ਫਰੋੜ ਕੇ ਦੇਖ ਲੋ ਛਾਣ ਕੇ ਦੇਖ ਲੋ ਨਹੀਂ ਮਿਲਦੀ ਹੈਨਾ ਟੱਚ ਬੁੱਕ ਆ ਜੀ ਦੇਖੋ ਮਿਹਨਤ ਕੀਤੀ ਜਾਂਦੀ ਹੈ ਦੇਖੋ ਬੋਲ ਸਕਦੇ ਆਪਾਂ ਜੇ ਮਿਹਨਤ ਕੀਤੀ ਹੈ ਦੇਖੋ ਇਹਦੇ ਦੀ ਕੋਈ ਲੋੜ ਨਹੀਂ ਉਹੀ ਗੱਲ ਹੋ ਗਈ ਕੱਲ ਤੁਸੀਂ ਸਫਾਰੀ ਗੱਡੀ ਕਢਾ ਲਿਆ ਤੇ ਅੰਦਰ ਰੱਖੀ ਹੋਈ ਹੈ ਕਹਿੰਦੇ ਕਿਉਂ ਕਹਿੰਦੇ ਲੋਕ ਦੇਖ ਲੈਣਗੇ ਹੈਨਾ ਤਾਂ ਉਹੀ ਗੱਲ ਹੈ ਜੀ ਬਸ ਜਿਹੜੇ ਬੱਚੇ ਉੱਥੇ ਜੁੜਦੇ ਨੇ ਆਪਣੇ ਕਹਿੰਦੇ ਨੇ ਕਰੰਟ ਅਫੇਅਰ ਚ ਤਾਂ ਉਹਨੂੰ ਪਰਸਨੈਲਿਟੀ ਪੀਡੀਐ ਮਿਲਦੀ ਹੈ ਤੇ ਕਲਾਸ ਡੇਲੀ ਨਹੀਂ ਹੁੰਦੀ ਨਹੀਂ ਬੱਚੇ ਡੇਲੀ ਨਹੀਂ ਹੁੰਦੀ ਕਲਾਸ ਕਿਉਂਕਿ ਯਾਰ 8 ਕਲਾਸਿਸ ਆਲਰੇਡੀ ਚੱਲ ਰਹੀਆਂ ਨੇ ਕਲਾਸ ਹੁੰਦੀ ਹੈ ਸਿਰਫ ਥਰਸਡੇ ਤੇ ਫਰਡੇ ਨੂੰ ਥਰਸਡੇ ਹੈ ਅੱਜ ਹੈ ਕਲਾਸ ਅੱਜ ਕਲਾਸ ਹੁੰਦੀ ਹੈ ਸਿਰਫ ਥਰਸਡੇ ਤੇ ਫਰਡੇ ਨੂੰ ਕਿਉਂਕਿ ਕਰੰਟ ਅਫੇਅਰ ਵਿੱਚ ਆਪਾਂ ਸਾਡੇ ਕੋਲ ਹੈ ਲਿਬਰਟੀ ਕਿ ਆਪਾਂ ਕਰ ਸਕਦੇ ਹਾਂ ਘੱਟ ਕਲਾਸਿਸ ਬਾਕੀਆਂ 'ਚ ਨਹੀਂ ਕਿਉਂਕਿ ਬਾਕੀਆਂ 'ਚ YouTube ਤੇ ਤੁਸੀਂ MCQ ਪੜ੍ਹਦੇ ਹੋ ਲੇਕਿਨ ਪੇਡ ਵਿੱਚ ਸਾਨੂੰ ਥਿਉਰੀ ਕਰਾਈ ਜਾਂਦੀ ਤੇ ਬਿਨਾ ਥਿਉਰੀ ਦੇ ਤੁਹਾਡਾ ਪੇਪਰ ਪਾਸ ਨਹੀਂ ਹੋ ਸਕਦਾ ਹੁਣ MCQ 10 ਹੋ ਗਏ ਹੁਣ ਜਿੱਦਾਂ ਮੈਂ ਇੱਥੇ ਪੁੱਛ ਲਿਆ ਕਿ 19th ایشین گیم्स ਕਿੱਥੇ ਹੋ ਰਹੀਆਂ ਨੇ ਤੁਸੀਂ ਦੱਸ ਤਾਂ ਹੰਗ ਜ਼ੂ ਹੁਣ ਬਹੁਤ سارے ਸਵਾਲ ਨੇ ਜਿਹੜੇ ਤੁਸੀਂ ਸਕਿਪ ਕਰ ਦੋਗੇ 18ਵੀਂ ਕਿੱਥੇ ਹੋਈ 2021 22ਵੀਂ ਕਿੱਥੇ ਹੋਣਗੀਆਂ ਮੈਸਕੋਟ ਕੌਣ ਹੈ ਇਹ ਵਾਲੇ ਸਵਾਲ ਅਸੀਂ ਸਕਿਪ ਕਰ ਦਿੰਨੇ ਆ ਤਾਂ ਥਿਉਰੀ ਇਜ਼ ਵੈਰੀ 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 ਇੰਪੋਰਟੈਂਟ ਤਾਂ ਜੇ ਅਫੋਰਡ ਕਰ ਸਕਦੇ ਹੋ ਤਾਂ ਜਰੂਰ ਜੁੜੋ ਤੇ ਕਿਹਦੇ ਚ ਜੁੜਨਾ ਹੈ ਉਹ ਵੀ ਸੁਣ ਲਓ ਤਾਂ ਬੱਚੇ ਸਾਡੇ ਕੋਲ ਦਿਖਾ ਦੇਣਾ ਤੁਹਾਨੂੰ ਤਾਂ ਜਿੰਨੇ ਵੀ ਆਪਣੇ ਕੋਲ ਪੇਪਰ ਆ ਰਹੇ ਨੇ ਫਿਊਚਰ ਦੇ ਵਿੱਚ ਜਿੰਨਾ ਵੀ ਆਪਣੇ ਕੋਲ ਬੱਚੇ ਪੇਪਰ ਆ ਰਿਆ ਨਾ ਫਿਊਚਰ ਦੇ ਵਿੱਚ ਇਹ ਸਾਰਾ ਪੇਪਰ ਜਿਹੜਾ ਆ ਰਿਹਾ ਇਹਨਾਂ ਸਾਰੇ ਪੇਪਰਾਂ ਦੀ ਅ ਇਹਨਾਂ ਦੀ ਭਾਵੇਂ ਬੱਚੇ ਲਾਈਵ ਕਲਾਸਿਸ ਹੋਣ ਇਹਨਾਂ ਦੇ ਜਾ ਚੁੱਕੇ ਪੇਪਰ ਜਿਹੜੇ ਪਟਵਾਰੀ ਸਬ ਇੰਸਪੈਕਟਰ ਕਾਉਂਸਟੇਬਲ ਵਰਗੇ ਉਹਨਾਂ ਦੇ ਰਿਕਾਰਡਡ ਨੈਪ ਤਸਿਲਦਾਰ ਵਰਗਿਆਂ ਦੀ ਫਿਰ ਕ੍ਰੈਸ਼ ਕੋਰ ਟੈਸਟ 3 ਰਿਵੀਜ਼ਨ ਬੈਚ ਮੌਕ ਟੈਸਟ ਕਦੇ ਫਾਊਂਡੇਸ਼ਨ ਬੈਚ ਆਇਆ ਕਰੰਟ ਅਫੇਅਰ ਦਾ ਸਪੈਸ਼ਲ ਬੈਚ ਪੰਜਾਬ ਜੀ ਦਾ A ਟੂ Z ਉਹ ਮਿਲ ਜੂਗਾ ਬੱਚੇ 1 ਸਾਲ ਲਈ 3219 ਦਾ ਡਿਸਕਾਊਂਟ ਕੋਡ Y383 ਲਾ ਕੇ ਫਾਇਦੇ ਕੀ ਨੇ ਸਪੈਸ਼ਲ ਇੱਕ ਤਾਂ ਬੱਚੇ ਬੋਲ ਕੇ ਸਵਾਲ ਪੁੱਛ ਸਕਦੇ ਹੋ ਇੱਥੇ ਬੋਲ ਕੇ ਸਵਾਲ ਨਹੀਂ ਪੁੱਛ ਸਕਦੇ ਦੂਜਾ ਫਾਇਦਾ Y383 ਦਾ ਬੱਚੇ ਸਿਲੈਕਟਿਡ ਸਟੂਡੈਂਟਸ ਤੋਂ ਮੈਂਟਰਸ਼ਿਪ ਮਿਲਦੀ ਹੈ ਹਾਂਜੀ ਸਿਲੈਕਟਿਡ ਸਟੂਡੈਂਟਸ ਤੋਂ ਮੈਂਟਰਸ਼ਿਪ ਤੁਹਾਨੂੰ ਮਿਲ ਜਾਊਗੀ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ ਮੇਰੇ ਵਾਲੇ ਸਟੂਡੈਂਟਸ ਦੀ ਨੇ ਇਹਨਾਂ ਨਾਲ ਮੈਂ ਤੁਹਾਨੂੰ ਹਰ 2-3 ਹਫ਼ਤਿਆਂ ਬਾਅਦ ਇਹਨਾਂ ਨਾਲ ਰੂਬਰੂ ਕਰਾ ਦਿਆ ਕਰੂੰਗਾ ਵੀ ਜਿਹੜੇ ਵੀ ਤੁਹਾਡੇ ਡਾਊਟ ਨੇ ਵੀ ਤੁਸੀਂ ਕਿਦਾਂ ਪਾਸ ਕੀਤਾ ਕਿਦਾਂ ਨਹੀਂ ਕੀਤਾ ਉਹ ਸਭ ਕੁਝ ਬਸ ਧਿਆਨ ਰੱਖਣਾ ਹੈ Y383 ਤੇ ਗਾਈਡੈਂਸ ਕਲਾਸ ਵੀ ਹਟ ਮਿਲਦੀ ਹੈ ਸਾਰੀ ਫੈਕਲਟੀ ਦੀ ਭਾਵੇਂ ਪੰਜਾਬ ਜੀਕੇ ਦੀ ਹੋਵੇ ਜੀਕੇ ਦੀ ਹੋਵੇ ਮੈਥ ਦੀ ਹੋਵੇ ਕਰੰਟ ਅਫੇਅਰ ਦੀ ਹੋਵੇ ਜਿਹੜੇ ਟੀਚਰ ਤੋਂ ਤੁਹਾਨੂੰ ਡਾਊਟ ਹੈ ਉਹਨੂੰ ਮੈਂ ਆਪਣੇ ਨਾਲ ਲਿਆਉਂਗਾ ਮੈਂ ਨਹੀਂ ਕਹਿੰਦਾ ਉਹਨਾਂ ਦੀ ਕਲਾਸਿਸ ਲੱਗਣਗੀਆਂ ਉਹ ਉਹਨਾਂ ਦੀ ਚੋਇਸ ਹੈ ਮੈਂ ਆਪਣੇ ਨਾਲ ਲਿਆਉਂਗਾ ਉਹਨਾਂ ਨੂੰ ਫੜ ਕੇ ਐਦਾਂ ਕਰਦਣ ਤੋਂ ਤੇ ਆਪਣੇ ਨਾਲ ਆਪਾਂ ਕਰਾਂਗੇ ਠੀਕ ਹੈ ਇੰਨੀ ਮੈਂ ਗੱਲ ਕਰ ਸਕਦਾ ਤੇ ਧਿਆਨ ਰੱਖਣਾ ਜੀ ਡਿਸਕਾਊਂਟ ਕੋਡ ਵਰਤਣਾ ਤੁਸੀਂ ਕਿਹੜਾ Y383 ਤੇ ਇੱਥੇ 3219 ਲਿਖਿਆ ਹੋਇਆ ਇਹਨੂੰ ਹੋਰ ਸਸਤਾ ਕਰ ਸਕਦੇ ਆ ਆਪਾਂ ਇਹਨੂੰ ਮੈਂ ਦੱਸਦਾ ਤੁਸੀਂ ਕਿੱਦਾਂ انرੋਲ ਕਰਨਾ ਹੈ ਇਹਦਾ ਲਿੰਕ ਹੈ ਵੈਸੇ ਕਮੈਂਟਾਂ ਚ ਲਾ ਦੂੰਗਾ ਮੈਂ ਲੇਕਿਨ ਆਪਣੇ ਆਪ ਵੀ ਦੇਖੋ ਇੱਕ ਵਾਰ Google ਤੇ ਜਾ ਕੇ ਸਰਚ ਕਰਿਓ ਪੰਜਾਬ ਮਹਾਪੈਗ ਬਸ ਅੱਡਾ 247 ਦੀ ਐਪ ਡਾਊਨਲੋਡ ਕਰਕੇ ਰੱਖ ਲਓ ਇਹ ਮੇਰੀ ਗੱਲ ਸੁਣ ਲਿਓ ਤੇ ਫਿਰ ਪਹਿਲੇ ਲਿੰਕ ਤੇ ਕਲਿੱਕ ਕਰਿਓ ਤੇ ਸਿੱਧਾ ਤੁਹਾਡੀ ਐਪ ਵਿੱਚ ਪੰਜਾਬ ਮਹਾਪੈਗ ਓਪਨ ਹੋ ਜਾ ਕਿੰਨੇ ਘੰਟੇ ਦੀ ਲਾਈਵ ਕਲਾਸ ਕਿੰਨੀਆਂ ਅਟੈਚ ਥਰੀਆਂ ਕਿੰਨੀਆਂ ای-ਬੁੱਕਾਂ ਕਿੰਨੀਆਂ ਵੀਡੀਓ ਜਿਹੜੇ ਪੁਰਾਣੇ ਪੇਪਰ ਚੱਲੇਗੇ ਉਹ ਸਾਰੇ ਹੁਣ ਇੱਥੇ ਜੇ ਰੇਟ ਉੱਤੇ ਨਿਗਾਹ ਮਾਰੋ ਵੈਸੇ ਹੈ 14000 ਕੰਪਨੀ ਡਿਸਕਾਊਂਟ ਕੋਡ ਲਾ ਕੇ 3500 ਲੇਕਿਨ ਸਿਲੈਕਟਡ ਸਟੂਡੈਂਟ ਨੂੰ ਮੈਂਟਰਸ਼ਿਪ ਮਿਲੂਗੀ ਤੇ ਨਾਲੇ ਵੀਡੀਓ ਕਾਲ ਤੇ ਗਾਈਡੈਂਸ ਮਿਲੂਗੀ ਉਹਦੇ ਲਈ ਕੀ ਕਰਨਾ ਪੈਣਾ ਉਹਦੇ ਲਈ ਡਿਸਕਾਊਂਟ ਕੋਡ ਵਰਤਾਂਗੇ ਸੀ ਕਿਹੜਾ Y383Y33 ਕਿਹੜਾ ਭਰਾਂਗੇ ਭਲਾਂ ਦੀ ਸੀ ਡਿਸਕਾਊਂਟ ਕੋਡ Y383Y33 ਤੇ ਇਹ ਲੱਗਦਾ ਇਹ ਤੁਹਾਡੇ ਸਾਹਮਣੇ ਆ ਜੀ ਆਹ ਦੇਖੋ ਕੀ ਲਿਖਿਆ 3219 ਲਿਖਿਆ ਬਲਕਿ ਹੋਰ ਸਸਤਾ ਮੈਂ ਕਹਿੰਨਾ ਐਪ ਡਾਊਨਲੋਡ ਕਰ ਰਹੇ ਹਾਂ ਤਾਂ ਅੱਡਾ 24/7 ਦੀ ਐਪ ਡਾਊਨਲੋਡ ਹੋ ਗਈ ਉੱਥੇ ਪੰਜਾਬ ਮਹਾਪਯਖ ਸਰਚ ਕਰਾਂਗੇ ਉੱਥੇ 783 ਦੇ ਨਾਲ ਤੁਹਾਨੂੰ ਸਪੈਸ਼ਲ ਗਿਫਟ ਹੋਰ ਮਿਲਦਾ কয়ਨ ਸਿੱਕੇ ਮਿਲਦੇ ਨੇ ਤੇ ਇਹ ਹੀ ਚੀਜ਼ ਤੁਹਾਨੂੰ ਪੈ ਜਾਂਦੀ ਹੈ ਸਿਰਫ 3080 ਦੀ ਤੇ ਇੱਕ ਸਾਲ ਤੱਕ ਦੇ ਕੋਈ ਵੀ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ கரنٹ ਅਫੇਅਰ ਦੀ ਪ੍ਰੋਪਰ ਸਪੈਸ਼ਲ ਪੀਡੀਐਫ ਮਿਲਣਗੇ ਪੇਪਰ ਤੋਂ ਪਹਿਲਾਂ ਐਮਸੀਕਿਊ ਬੈਚ ਆਇਆ ਪੇਪਰ ਤੋਂ ਪਹਿਲਾਂ ਰਿਵੀਜ਼ਨ ਬੈਚ ਆਇਆ ਪੰਜਾਬ ਜੀ ਕੇ ਦਾ ਜੀ ਕੇ ਦਾ ਮੈਥ ਦਾ ਇੰਗਲਿਸ਼ ਦਾ ਰੀਜ਼ਨਿੰਗ ਦਾ ਪੰਜਾਬੀ ਦਾ ਤੁਹਾਨੂੰ ਜਿਹਦੀ ਲੋੜ ਹੈ फाउंडेशन बैच क्रैश कोर्स टेस्ट 3 ਤੇ ਸਭ ਤੋਂ ਉੱਚੀ ਉੱਤੇ ਵੱਡੀ ਵਧੀਆ ਚੀਜ਼ ਵੀਡੀਓ ਕਾਲ ਤੇ ਗਾਈਡੈਂਸ ਤੇ ਸਿਲੇਕਟਡ ਸਟੂਡੈਂਟ ਤੋਂ ਮੈਂਟਰਸ਼ਿਪ ਬਸ ਇਹ ਗੱਲ ਧਿਆਨ ਰੱਖਿਓ ਮੇਰੀ ਕੋਈ ਵੀ ਟੀਮ ਨਹੀਂ ਹੈ ਮੈਨੂੰ ਪਤਾ ਲੱਗਦਾ ਕਿ ਤੁਹਾਡੇ ਕੋਲ ਕਾਲ ਆਉਂਦੇ ਨੇ ਕਿਸ ਸਰ ਗਗਨ ਸਰ ਦੀ ਟੀਮ ਤੋਂ ਬੋਲ ਰਹੇ ਹਾਂ ਇਹ ਵਾਲਾ ਕੋਡ ਲਾ ਲਓ ਗਗਨ ਸਰ ਨੇ ਕਿਹਾ ਹੈ ਇਹ ਵਾਲਾ ਕੋਡ ਲਾ ਕੇ ਸਭ ਮਿਲ ਜਾਊਗਾ ਮੇਰੀ ਕੋਈ ਟੀਮ ਨਹੀਂ ਹੈ Y38 ਹੀ ਕੋਡ ਹੈ ਜੇ ਤੁਸੀਂ ਮੇਰੇ ਨਾਲ ਜੁੜਨਾ ਚਾਹੁੰਦੇ ਹੋ ਇਹ ਮੈਂ ਤੁਹਾਨੂੰ ਗੱਲ ਬੜੀ ਕਲੀਅਰ ਕਰ ਦੇਣਾ ਮੇਰੀ ਕੋਈ ਵੀ ਟੀਮ ਨਹੀਂ ਹੈ ਤੁਹਾਡੇ ਕੋਲ ਕਈ ਵਾਰ ਕਾਲ ਆਉਂਦਾ ਹੋਊਗਾ ਠੀਕ ਹੈ ਚਲੋ ਆਲ ਦਾ ਬੈਸਟ ਮਿੱਤਰੋ ਸਤਿ ਸ਼੍ਰੀ ਅਕਾਲ ਬਾਏ ਬਾਏ ਨਹੀਂ ਨਹੀਂ ਪ੍ਰਿਤਪਾਲ ਸ਼ਰਮਾ ਤੁਹਾਡੀ ਚੋਇਸ ਹੈ ਜੇ ਤੁਸੀਂ ਕਰਨਾ ਚਾਹੋ ਤਾਂ ਠੀਕ ਹੈ ਵੈਸੇ ਮੈਂ ਨਹੀਂ ਕਰਦਾ ਕਹਿੰਦਾ ਵੀ ਕਰਿਆ ਕਰੋ ਬਾਕੀ ਤੁਹਾਡੀ ਮਰਜ਼ੀ ਹੈ ਦੇਖੋ ਜੀ ਐਕਸਟਰਾ ਰਿਵੀਜ਼ਨ ਹੀ ਹੋ ਜਾਂਦੀ ਹੈ ਹੈਨਾ ਬਾਏ